ਉਹ ਕਿਸਾਨਾਂ ਤੋਂ ਵੀ ਦੁਖੀ ਹੋਈ ਜਨਤਾ ਕਿਉਂਕਿ ਇਹਨਾਂ ਦੇ ਜਿਹੜੇ ਆਗੂ ਆ ਨਾ ਇਹਨਾਂ ਨੇ ਅੱਜ ਤੱਕ ਜਿਹੜੇ ਹੱਕ ਚ ਖੜਨ ਡਟਨ ਵਾਲੇ ਆ ਨਾ ਉਹਨਾਂ ਲਈ ਇਹਨਾਂ ਨੇ ਪੂਰੇ ਨਹੀਂ ਖੜੇ ਨਤਰੇ ਕਿਉਂਕਿ ਜੇ ਪਿੱਛੇ ਕਨਵਰ ਗਰੇਵਾਲ ਰਣਜੀਤ ਬਾਵਾ ਵਰਗੇ ਜਿਹੜੇ ਆਰਟਿਸਟ ਸੀਗੇ ਕੀ ਕਿਸਾਨ ਸੱਚੇ ਬੈਠੇ ਆ ਮੇਨ ਗੱਲ ਤਾਂ ਇੱਥੇ ਹੁੰਦੀ ਆ ਵੇਖੋ ਚਲੋ ਕਿਸਾਨ ਸੱਚੇ ਆਪਾਂ ਕਹਿ ਲਈਏ ਵੀ ਇਹਨਾਂ ਨੂੰ ਦੂੜਿਆ ਚਲੋ ਮੈਨੂੰ ਪਤਾ ਵੀ ਮੈਂ ਇੱਕ ਜੌਬ ਤੇ ਜਾਣਾ ਵਾ 9 ਤੋਂ 10 ਦੀ ਡਿਊਟੀ ਤੇ ਜਾਣਾ ਵੀ ਮੈਨੂੰ ਪਤਾ ਵੀ ਮੈਨੂੰ 10000 ਰੁਪਏ ਮਹੀਨਾ ਹੋਣਾ ਬਿਲਕੁਲ ਤੇ ਕਿਸਾਨਾਂ ਨੂੰ ਵੀ ਇਹ ਚਾਹੀਦਾ ਵਾ ਵੀ ਹਾਂ ਉਹਨਾਂ ਨੇ 6 ਮਹੀਨੇ ਮਿਹਨਤ ਕੀਤੀ ਹੈ ਤੇ ਉਹਨਾਂ ਨੂੰ ਪਤਾ ਹੋਵੇ ਯਾਰ ਮੈਂ ਇੰਨਾ ਮੇਰੇ ਕੋਲੇ ਆ ਜਾਣਾ ਪਹਿਲੀ ਤੇ ਗੱਲ ਜੀ ਵਿਰੋਧਤਾ ਦੇ ਮਟਛਰ ਵਾਲੇ ਦੀ ਪਹਿਲਾਂ ਤੋਂ ਹੀ ਹੋ ਰਹੀ ਆ ਕਿਉਂਕਿ ਵਿਰੋਧਤਾ ਤਾਂ ਹੋ ਰਹੀ ਆ ਕਿਉਂਕਿ ਉਸ ਬੰਦੇ ਨੇ ਕਿਸਾਨਾਂ ਦੇ ਲਈ ਜਾ ਕਿਸਾਨਾਂ ਦੇ ਨਾਲ ਨਹੀਂ ਖੜਿਆ ਜਾਂ ਕਿਸਾਨਾਂ ਦੇ ਲਈ ਹਾ ਦਾ ਨਾਰਾ ਨਹੀਂ ਮਾਰਿਆ ਮੋਦੀ ਸਰਕਾਰ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਮਨਪ੍ਰੀਤ ਸਿੰਘ ਜੀਰ ਵਜਨ ਤੋਂ ਹਾਜ਼ਰ ਹਾਂ ਤੁਹਾਡੇ ਇੱਕ ਨਵੇਂ ਪੋਡਕਾਸਟ ਲੈ ਕੇ ਅਗੇਨ ਅੱਜ ਦਾ ਜਿਹੜਾ ਪੋਡਕਾਸਟ ਆ ਨਵੇਂ ਪੋਡਕਾਸਟ ਨਵੇਂ ਇੰਟਰਵਿਊ ਦੇ ਨਾਲ ਨਵੇਂ ਟੌਪਿਕਸ ਦੇ ਨਾਲ ਹੋਣ ਲੱਗਿਆ ਅੱਜ ਦਾ ਨਵਾਂ ਪੋਡਕਾਸਟ ਤੇ ਜਿਹੜਾ ਟੌਪਿਕ ਅੱਜ ਰਹਿਣ ਲੱਗਿਆ ਪੰਜਾਬ ਦੇ ਟ੍ਰੈਂਡਿੰਗ ਮੁੱਦਿਆਂ ਤੇ ਰਹਿਣ ਲੱਗਿਆ ਕਿਸਾਨੀ ਇੱਕ ਮੁੱਦਾ ਹੈਗਾ ਆਪਣਾ ਇੱਕ ਰੀਸੈਂਟਲੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਮੱਚ ਸ਼ੇਰੋਂ ਵਾਲੇ ਬਾਈ ਉਹਨਾਂ ਦੀ ਹਨਾ ਤੇ ਉਹਦੇ ਤੇ ਆਪਾਂ ਗੱਲ ਕਰਾਂਗੇ ਕੀ ਸਾਰਾ ਸਿਸਟਮ ਹੈ ਟਰਾਈ ਕਰਾਂਗੇ ਬੈਸਟ ਟੂ ਬੈਸਟ ਉਹਦੇ ਬਾਰੇ ਡਿਸਕਸ ਕਰਨ ਦੀ ਕੀ ਸੋਲੂਸ਼ਨ ਹੋ ਸਕਦੇ ਆ ਪੂਰਾ ਪ੍ਰੋਪਰਲੀ ਡਿਸਕਸ ਕਰਾਂਗੇ ਤੇ ਸਾਡੇ ਨਾਲ ਡਿਸਕਸ ਕਰਨ ਲਈ ਬਈ ਹੈਗੇ ਨੇ ਗੈਰੀ ਲਖੋਕੇ ਬਰੇ ਬਿਨਾਂ ਤੁਹਾਡਾ ਸਵਾਗਤ ਕਰਦੇ ਆ ਆਪਣੇ ਪੋਡਕਾਸਟ ਸੇ ਭਲਾਈ ਬਹੁਤ ਬਹੁਤ ਧੰਨਵਾਦੀ ਤੁਹਾਡਾ ਤੁਸੀਂ ਆਪਦਾ ਕੀਮਤੀ ਸਮੇਂ ਜੇ ਸਮਾਂ ਕੱਢ ਕੇ ਮੈਨੂੰ ਦਿੱਤਾ ਤੇ ਆਪਣੇ ਵਿਚਾਰ ਤੰਦਰ ਕਰਨ ਲਈ ਤੁਸੀਂ ਮੈਨੂੰ ਇਹਨੇ ਰਿਕਾਬਲ ਸਮਝਿਆ ਤੇ ਮੈਂ ਇਸੇ ਕਰਕੇ ਤੁਹਾਡਾ ਰਿਣੀ ਤੇ ਤੁਹਾਡੀ ਆਡੀਅੰਸ ਦਾ ਧੰਨਵਾਦੀ ਵੀਰੇ ਆਪਾਂ ਗੱਲ ਕਰੀ ਹੈ ਨਾ ਤੇ ਜਿਹੜੇ ਅੱਜਕੱਲ ਮੁੱਦੇ ਚੱਲ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਅੱਜਕੱਲ ਕਾਫੀ ਮੁੱਦੇ ਨੇ ਜਿਹੜੇ ਭੜਕੇ ਹੋਏ ਨੇ ਆਪਾਂ ਕਹਿ ਸਕਦੇ ਹਾਂ ਨਾ ਜਿਹੜੇ ਚੱਲਦੇ ਪਏ ਨੇ ਮਾਹੌਲ ਕੋਈ ਇੰਨਾ ਵਧੀਆ ਪੰਜਾਬ ਤਾਂ ਹੈ ਨਹੀਂ ਹੈ ਪ੍ਰੈਸੈਂਟ ਆਪਾਂ ਗੱਲ ਕਰੀਏ ਰਾਈਟ ਸਹੀ ਹੈ ਤੇ ਆਪਾਂ ਬਈ ਨਾ ਸਟਾਈਲਿੰਗ ਕਰਦੇ ਜਿਹੜੀ ਮੱਤਾ ਸ਼ੇਰੋ ਵਾਲੇ ਬਾਈ ਹੁਣਾਂ ਦੀ ਨਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਉਹ ਕਿਸੇ ਕੱਪ ਤੇ ਗਏ ਸੀਗੇ ਤੇ ਕਮੈਂਟਰੀ ਵਾਲੇ ਬਾਈ ਹੁਣ ਉਹਨਾਂ ਨੂੰ ਬੋਲ ਦੇਵੇ ਮੱਦਾ ਚੰਗਾ ਹਨਾ ਤੇ ਮੈਂ ਚਾਹੁੰਨਾ ਕਿ ਉਹ ਤੱਥ ਦੇ ਆਧਾਰ ਤੇ ਆਪਾਂ ਉਹਦੇ ਬਾਰੇ ਗੱਲ ਕਰੀਏ ਕਿ ਕੀ ਕਾਰਨ ਸੀ ਉਹਨਾਂ ਦਾ ਬੋਲਣ ਦਾ ਤੇ ਕੀ ਉਹ ਸ ਅਲਿਤੇ ਗੱਲ ਜੀ ਵਿਰੋਧਤਾ ਦੇ ਮੱਤਸ਼ਰੋ ਵਾਲੇ ਦੀ ਪਹਿਲਾਂ ਤੋਂ ਹੀ ਹੋ ਰਹੀ ਆ ਕਿਉਂਕਿ ਵਿਰੋਧਤਾ ਤਾਂ ਹੋ ਰਹੀ ਆ ਕਿਉਂਕਿ ਉਸ ਬੰਦੇ ਨੇ ਕਿਸਾਨਾਂ ਦੇ ਲਈ ਜਾਂ ਕਿਸਾਨਾਂ ਦੇ ਨਾਲ ਨਹੀਂ ਖੜਿਆ ਜਾਂ ਕਿਸਾਨਾਂ ਦੇ ਲਈ ਹਾ ਦਾ ਨਾਰਾ ਨਹੀਂ ਮਾਰਿਆ ਮੋਦੀ ਸਰਕਾਰ ਨੂੰ ਅੱਛਾ ਜੀ ਤੇ ਨਾ ਹੀ ਆਪਣੀ ਪੰਜਾਬ ਸਰਕਾਰ ਨੂੰ ਕਿਉਂਕਿ ਉਹ ਪਿਛਲੇ ਇਲੈਕਸ਼ਨ ਦੇ ਵਿੱਚ ਬਹੁਤ ਸਤਗਰਮ ਰਿਹਾ ਉਹਨੇ ਬਹੁਤ ਯੋਗਦਾਨ ਬਹੁਤ ਹਿੱਸਾ ਪਾਇਆ ਵੀ ਬਾਹਰ ਦੇ ਬੰਦਿਆਂ ਨੂੰ ਵੀ ਰਲਾ ਕੇ ਵੀ ਤੁਸੀਂ ਕਰੋ ਕੋਈ ਕੁਛ ਆਪਾਂ ਕੀ ਬਦਲਾਅ ਚਾਹੀਦਾ ਬਦਲਾਅ ਚਾਹੀਦਾ ਉਹ ਬਦਲਾ ਵੀ ਲੈ ਜਾਂਦਾ ਇਹਨਾਂ ਕੁਝ ਕਰਦਾ ਤੇ ਹਾਲੇ ਵੀ ਉਹ ਕਿਸਾਨਾਂ ਦੇ ਨਾਲ ਹੀ ਖੜ ਰਿਹਾ ਫੇਰ ਉਹ ਬੰਦਾ ਡਬਲ ਫੇਸਿਸ ਹੀ ਆ ਡਬਲ ਫੇਸਿਸ ਸਾਰਿਆਂ ਨੂੰ ਭਲੀ ਭਾਤੀ ਜਾਣਦੇ ਆ ਵੀ ਉਸ ਬੰਦੇ ਦੀਆਂ ਕੀ ਕਰਨੀਆਂ ਨੇ ਉਹਨੇ ਇੱਕ ਵੀ ਵੀਡੀਓ ਆਪਣੇ ਕਿਸਾਨਾਂ ਦੇ ਲਈ ਨਹੀਂ ਪਾਈ ਜਾਂ ਉਹਨਾਂ ਨੇ ਕਿਸਾਨਾਂ ਦੇ ਨਾਲ ਖੜਾ ਹੋ ਕੇ ਨਹੀਂ ਪਾਈ ਤੇ ਉਹਦੇ ਪਿਛਲੇ ਤੇ ਪਹਿਲਾ ਵੀਡੀਓਾਂ ਦੀ ਫੋਟੋਆਂ ਜਿਹੜੀਆਂ ਵਾਇਰਲ ਹੋਈਆਂ ਭਗਵੰਤ ਮਾਨ ਦੇ ਨਾਲ ਚਲੋ ਆਪਸੀ ਉਹਨਾਂ ਦੀਆਂ ਮੇਲ ਜੋਲ ਨੇ ਤਾਲਮੇ ਨੇ ਉਹ ਵੀ ਕਲਾਕਾਰ ਬਈ ਉਹ ਵੀ ਕਲਾਕਾਰ ਨੇ ਤੇ ਚਲੋ ਹੋ ਸਕਦਾ ਵੀ ਉਹਨਾਂ ਦਾ ਬਹਿਰ ਉੱਠਣ ਨੂੰ ਹੋਵੇ ਜਿਵੇਂ ਮਰਜੀ ਆ ਉਹਦੀ ਨਿੱਜੀ ਜ਼ਿੰਦਗੀ ਆ ਤੇ ਫਿਰ ਉਹ ਦੂਜੀ ਜੋ ਉਹਦਾ ਸੱਚ ਹੈ ਆ ਵੀ ਉਹ ਕਹਿੰਦਾ ਵੀ ਸਿੱਖ ਵਿਰੋਧੀ ਵੀ ਹੋ ਸਕਦਾ ਕਿਉਂਕਿ ਕੀ ਉਹਨੇ ਟੂਪੀ ਮਜਬਦੀ ਪਾਈ ਆ ਤੇ ਉੱਤੇ ਆਪਦਾ ਖਾਨ ਨਾ ਆ ਹੈਨਾ ਤੇ ਬਾਅਦ ਚ ਉਹਨੇ ਇਸ ਗੱਲ ਨੂੰ ਕਲੀਅਰ ਕੀਤਾ ਕਹਿੰਦਾ ਵੇਖੋ ਜੀ ਮੈਂ ਤੇ ਗੁਰੂ ਘਰ ਵੀ ਜਾਂਦਾ ਮੈਂ ਤੇ ਇੱਕੋ ਮੰਨ ਕੇ ਚੱਲਦਾ ਮੈਂ ਸਾਰਿਆਂ ਨੂੰ ਇਕੱਲੇ ਕੇ ਚੱਲਦਾ ਮੈਂ ਪਰ ਸਭ ਤੋਂ ਵੱਡੀ ਉਹਨੇ ਇੱਕ ਕਾਰੀਗਰੀ ਇਹ ਵਿਖਾਤੀ ਕਿ ਉਹਨੇ ਇੱਕ ਪ੍ਰੋਮੋਸ਼ਨ ਕਰਨ ਦੇ ਚੱਕਰ 'ਚ ਇੱਕ ਬੂਟਾਂ ਵਾਲੇ ਨਾਲ ਇੰਨੀ ਕਿ ਜ਼ਿਆਦੀ ਠੱਗੀ ਮਾਰੀ ਕਿ ਉਹਦੇ ਤਿੰਨ ਬੂਟਾਂ ਨੂੰ ਲੈ ਕੇ ਤੇ 6 ਬੂਟਾਂ ਦੇ ਉਹਦੇ 20-3000 ਰੁਪਏ ਬੰਦਾ ਸੀ ਤੂੰ ਮਾਰ ਕੇ ਤੇ ਬਾਅਦ 'ਚ ਨਾ ਆਏ ਉਹਦਾ ਫੋਨ ਚੱਕਿਆ ਤੇ ਨਾ ਆਏ ਉਹਦੀ ਪ੍ਰੋਮੋਸ਼ਨ ਦੀ ਵੀਡੀਓ ਭਾਈ ਕੋਈ ਤੇ ਵੀਰੇ ਆਪਾਂ ਇਹ ਗਲਤੀ ਆ ਕਰ ਰਹੇ ਹਾਂ ਕਿ ਉਹਨੇ ਠੱਗੇ ਆ ਕੀ ਆਪਣੇ ਕੋਲ ਇਸ ਚੀਜ਼ ਦਾ ਤੱਥਾ ਪ੍ਰੋਪਰ ਆਪਾਂ ਸੱਚਾ ਹੈ ਤੇ ਤੱਥ ਸਭ ਤੋਂ ਵੱਡੀ ਗੱਲ ਹੈ ਵੀ ਇੱਕ ਹੁੰਦਾ ਵੀ ਬੰਦੇ ਨੇ ਮੈਂ ਆਪਦੇ ਮਾਨ ਘਟਤ ਕਰਕੇ ਤੁਹਾਨੂੰ ਦੱਸਦੇ ਨਹੀਂ ਬਿਲਕੁਲ ਬਿਲਕੁਲ ਚੰਗੀ ਭਲੀ ਸੋਸ਼ਲ ਮੀਡੀਆ 'ਤੇ ਵੀਡੀਓ ਚੱਲ ਰਹੀ ਆ ਤਿੰਨੇ ਜਾਨੇ ਬੈਠੇ ਨੇ ਇੱਕ ਬੂਟਾ ਵਾਲਾ ਬੈਠਾ ਵਾ ਪਿੱਛੇ ਉਹਦਾ ਭਰਾ ਸੱਜਣ ਬੈਠਾ ਵਾ ਤੇ ਜਿਹੜਾ ਮੁੰਡਾ ਵੀਡੀਓ ਬਣਾ ਰਿਹਾ ਵਾ ਮਨੋ ਬਿਵੇ ਦੇ ਪੇਜ ਦਾ ਨਾਮ ਹੀ ਪਤਾ ਤੇ ਉਹਨੇ ਵੀਡੀਓ ਬਣਾਈ ਉਹ ਕਹਿੰਦਾ ਵੀ ਮੈਂ ਹੀ ਮੈਂ ਦੇ ਪੇਜ ਦੇ ਥੱਲੇ ਜਾ ਕੇ ਕਮੈਂਟਾਂ ਦੇ ਵਿੱਚ ਵੀ ਲਿਖਿਆ ਭਾਜੀ ਮੇਰੇ ਬੂਟਾਂ ਦੇ ਵੈਸੇ ਮੋੜ ਦਿਓ ਅੱਛਾ ਜੀ ਕਿਰਪਾ ਕਰ ਦਿਓ ਪ੍ਰੋਮੋਸ਼ਨ ਵਾਲੇ ਬੂਟ ਰੱਖ ਲਓ ਉਹ ਕਹਿੰਦਾ ਮੈਂ ਤਾਂ ਕਮੈਂਟ ਵੀ ਕੀਤੇ ਨੇ ਜਾ ਕੇ ਜਿਹਨੂੰ ਲੱਗਦਾ ਹੈ ਨਾ ਵੀ ਮੈਂ ਝੂਠ ਬੋਲ ਰਿਹਾ ਉਹ ਕਮੈਂਟ ਵੀ ਉਹਦੇ ਚੈੱਕ ਕਰ ਲਓ ਤੇ ਉਹਨੇ ਆਪਣੀ ਵੀਡੀਓ ਬਣਾ ਕੇ ਬਾਕਾਇਦਾ ਉਹਨੇ ਸਾਰਾ ਕੁਝ ਦੱਸਿਆ ਉਹਨੇ ਆਪਣੀ ਵੀਡੀਓ ਵੀ ਵਿਖਾਈ ਵੀ ਆਪ ਮੇਰੀ ਪ੍ਰੋਮੋਸ਼ਨ ਵਾਲੀ ਨੇ ਵੀਡੀਓ ਬਣਾਈ ਸੀ ਇਹਦਾ ਤੇ ਤੁਹਾਡੇ ਹਿਸਾਬ ਨਾਲ ਕਾਰਨ ਕੀ ਹੋ ਸਕਦਾ ਕਿ ਪਹਿਨਾ ਵੀਡੀਓ ਪਾਉਂਦਾ ਸੀ ਬਾਈ ਤੇ ਹੁਣ ਹਨਾ ਸਾਈਡ ਤੇ ਹੋ ਕੇ ਚੁੱਪੋ ਕੇ ਬਹਿ ਗਿਆ ਤਾਂ ਕੀ ਕਾਰਨ ਹੋ ਸਕਦਾ ਕਾਰਨ ਬਈ ਸਭ ਤੋਂ ਵੱਡਾ ਤੇ ਆਪਾਂ ਕਹਿ ਦੀ ਵੀ ਉਹਦਾ ਸਰਕਾਰੀ ਸਰਕਾਰਾਂ ਦਾ ਵੀ ਹੱਥ ਲਾਲੂ ਤੇ ਕੋਸ਼ਕ ਉਹ ਕਿਸਾਨਾਂ ਤੋਂ ਵੀ ਦੁਖੀ ਹੋਈ ਜਨਤਾ ਕਿਉਂਕਿ ਇਹਨਾਂ ਦੇ ਜਿਹੜੇ ਆਗੂ ਆ ਨਾ ਇਹਨਾਂ ਨੇ ਅੱਜ ਤੱਕ ਜਿਹੜੇ ਹੱਕ ਚ ਖੜਨ ਡਟਨ ਵਾਲੇ ਆ ਨਾ ਉਹਨਾਂ ਲਈ ਇਹਨਾਂ ਨੇ ਪੂਰੇ ਨਹੀਂ ਖੜੇ ਨਤਰੇ ਕਿਉਂਕਿ ਜੇ ਪਿੱਛੇ ਕਨਵਰ ਗਰੇਵਾਲ ਰਣਜੀਤ ਬਾਵਾ ਵਰਗੇ ਜਿਹੜੇ ਆਰਟਿਸਟ ਸੀਗੇ ਹਾਂਜੀ ਜਿਹੜੇ ਕਿਸਾਨਾਂ ਵਾਲੀ ਖੜੇ ਸੀ ਉਹਨਾਂ ਦੇ ਹੱਕ ਚ ਭੁਗਦੇ ਸੀਗੇ ਇਹਨਾਂ ਨੇ ਉਹਨਾਂ ਦੇ ਈਡੀ ਦੀਆਂ ਰੇਟਾਂ ਵੀ ਪਈਆਂ ਬਿਲਕੁਲ ਬਿਲਕੁਲ ਤੇ ਉਹਨਾਂ ਖਿਲਾਫ ਘਰਵਈਆਂ ਵੀ ਹੋਈਆਂ ਤੇ ਉਹਨਾਂ ਖਿਲਾਫ ਘਰਵਈਆਂ ਵੀ ਹੋਈਆਂ ਤੇ ਉਹਨਾਂ ਦੇ ਨਾਲ ਗਾਂ ਪਛਾਂ ਦਾ ਵਿਵਾਹ ਵਾ ਝਗੜਾ ਵੀ ਚਲੇ ਹਨਾ ਤੇ ਕਨਵਰ ਅਗਰਵਾਲ ਦੀ ਪਿੱਛੇ ਮਾਤਾ ਜੀ ਦੀ ਵੀ ਡੈਥ ਵੀ ਹੋਈ ਸੀ ਬਿਲਕੁਲ ਬਿਲਕੁਲ ਤੇ ਉਹਨਾਂ ਨੇ ਕੋਈ ਵੀ ਕਿਸਾਨ ਮੋਰਚੇ ਦਾ ਬੰਦਾ ਉਹਨਾਂ ਨਾਲ ਗਿਆ ਨਹੀਂ ਨਾ ਉਹਨਾਂ ਦੇ ਦੋ ਪ੍ਰਗਟ ਸਾਂਝਾ ਕੀਤਾ ਨਾ ਉਹਨਾਂ ਦੇ ਨਾਲ ਕੋਈ ਖੜਿਆ ਜਦੋਂ ਰੇਡਾਂ ਪਈਆਂ ਅਸੀਂ ਜਦੋਂ ਉਹਨਾਂ ਨੂੰ ਘਰੋਂ ਜਾਣਾ ਪਿਆ ਸੀ ਤੇ ਉਦੋਂ ਕਿੱਥੇ ਸੀਗੇ ਕੁਝ ਇਸ ਕਰਕੇ ਵੀ ਆਪਣੇ ਬੰਦੇ ਕੰਨੀ ਘਤਰਾ ਰਹੇ ਨੇ ਯਾਰ ਅਸੀਂ ਉਦੋਂ ਸਾਥ ਦਿੱਤਾ ਸੀ ਇਹਨਾਂ ਨੇ ਇਹਨਾਂ ਦੇ ਨਾਲ ਨਹੀਂ ਖੜੇ ਜਦੋਂ ਤੁਸੀਂ ਆਗ ਦੇ ਨਾਲ ਖੜਨ ਵਾਲੇ ਦੇ ਨਾਲ ਹੀ ਨਹੀਂ ਖੜੋਗੇ ਤੇ ਦੂਜੀ ਰੇਡ ਉਹ ਬੰਦਾ ਕਹੇਗਾ ਯਾਰ ਇਹਨਾਂ ਦਾ ਫਿਰ ਇਹਨੇ ਲੱਤ ਖਿੱਚ ਕੇ ਪੱਜ ਜਾਣੀ ਹੈ ਇਹਦਾ ਪਤਾ ਕੋਈ ਨਹੀਂ ਤੇ ਸੋ ਇਹਦੇ ਤੋਂ ਪਾਸਾ ਹੀ ਚੰਗਾ ਸੋ ਬੇਸਿਕਲੀ ਮੈਂ ਗੱਲ ਕਰਾਣਾ ਪਿੰਨਾਂ ਵੀ ਜਦੋਂ ਮੋਰਚਾ ਆਇਆ ਸੀ ਕਿਸਾਨ ਦਾ ਹਨਾ ਉਦੋਂ ਕੀ ਸੀਗਾ ਕਿ ਕਿਸਾਨੀ ਮਤਲਬ ਬੇਸਿਕਲੀ ਬੰਦੇ ਰੋਲਾ ਪਾਉਂਦੇ ਸੀਗੇ ਕਿ ਇੰਡਸਟਰੀ ਪੰਜਾਬੀ ਇੰਡਸਟਰੀ ਸਾਡੇ ਨਾਲ ਕਿਉਂ ਨਹੀਂ ਖੜਦੀ ਵੀ ਇਹ ਬੋਸਟਾ ਨਹੀਂ ਪੰਦੀ ਵੀ ਇਹ ਮੋਰਚਿਆਂ ਤੇ ਨਹੀਂ ਆਉਂਦੀ ਵੀ ਇਹਨੂੰ ਬਾਰਡਰ ਤੇ ਆਣਾ ਚਾਹੀਦਾ ਵਾ ਸਾਡੇ ਨਾਲ ਖੜਨਾ ਚਾਹੀਦਾ ਵਾ ਜੇ ਅੰਕ ਸਰਕਾਰਾਂ ਨਹੀਂ ਖੜਦੀਆਂ ਹੁਣ ਮੈਂ ਉਹੀ ਗੱਲ ਤੇ ਆਜੀ ਹੈ ਨਾ ਬੇਸਿਕਲੀ ਕੀ ਹੁੰਦਾ ਵਾ ਕਿ ਅੱਜ ਕੋਈ ਵੀ ਗੱਲ ਚੱਲਦੀ ਹੈ ਨਾ ਹਰ ਬੰਦਾ ਇਹ ਕਹਿੰਦਾ ਕਿ ਕਿਸਾਨ ਠੀਕ ਨੇ ਸਾਰਾ ਕੁਝ ਸਹੀ ਹੈ ਪਰ ਦੂਜੇ ਬੰਦੇ ਦੀ ਗੱਲ ਕੋਈ ਵੀ ਨਹੀਂ ਗੋਲਦਾ ਹੈਗਾ ਕਿ ਹਾਂ ਉਹ ਕਿਉਂ ਨਹੀਂ ਆਇਆ ਕੀ ਕਾਰਨ ਹੋ ਸਕਦੇ ਹੁਣ ਆਪਾਂ ਗੱਲ ਕਰੀ ਰਣਜੀਤ ਪਾਵੇ ਬਾਈ ਉਹਨਾਂ ਦੀ ਹੈ ਨਾ ਬਾਈ ਉਹਨੇ ਗਏ ਹੈਨਾ ਉਹਨਾਂ ਨੇ ਗੱਲਾਂ ਕੀਤੀਆਂ ਲਾਲੋ ਫੋਰ ਐਗਜ਼ਾਮਪਲ ਉਹਨਾਂ ਨੇ ਸਪੋਰਟ ਚ ਗੱਲਾਂ ਕੀਤੀਆਂ ਨੇ ਪਰ ਜਦੋਂ ਉਹਨਾਂ ਨੂੰ ਲੋੜ ਸੀ ਉਹਨਾਂ ਨਾਲ ਕੋਈ ਖੜਿਆ ਫਿਰ ਗੱਲ ਉੱਥੇ ਆ ਗਈ ਨਾ ਕੀ ਅਗਲਾ ਕਹਿੰਦਾ ਅੱਜ ਮੈਂ ਤੁਹਾਡੇ ਨਾਲ ਖੜ ਗਿਆ ਦੋ ਚਾਰ ਮਹੀਨਿਆਂ ਨੂੰ ਮੇਨਾਂ ਕੋਈ ਪੰਗਾ ਪੈ ਜੇ ਮੇਨਾਂ ਦਾ ਕੋਈ ਕੰਡਨਲ ਹੈ ਹੀ ਨਹੀਂ ਫਿਰ ਮੈਂ ਪਾਗਲਾ ਜਿਹੜਾ ਤੁਹਾਡੇ ਨਾਲ ਖੜਾ ਮਸਲਾ ਲਖਮੀਰਪੁਰ ਖੇੜੀ ਦਾ ਹਾਂਜੀ ਕਿਸਾਨਾਂ ਦੇ ਉੱਤੇ ਚੜਾਈ ਗਈ ਗੱਡੀ अच्छा जी शहीद ਕੀਤੇ ਆਪਣੇ ਹੋਏ ਸ਼ਹੀਦਾਂ ਨੂੰ ਦਰਜਾ ਦਿੱਤਾ ਬਿਲਕੁਲ ਤੇ ਉਹਦੇ ਵਿਰੁੱਧ ਕਾਰਵਾਈ ਕੋਈ ਵੀ ਨਹੀਂ ਹੋਈ ਹਲੇ ਤੱਕ ਜੇ ਕੋਈ ਹੋਈ ਤਾਂ ਮੈਨੂੰ ਦੱਸੇ ਉਹਨਾਂ ਦੇ ਕਿਸਾਨਾਂ ਤੇ ਗੱਡੀ ਚੜਾਤੀ ਉਹ ਕਹਿੰਦੇ ਵੀ ਜਿਹੜਾ ਆਗੂ ਦਾ ਬੀਜਪੀ ਲੀਡਰ ਦਾ ਮੁੰਡਾ ਸੀਗਾ ਇਹਨੂੰ 10 ਸਾਲ ਦੀ ਕਿੰਨੇ ਸਾਲ ਦੀ ਸਜ਼ਾ ਵੀ ਕਹਿੰਦੇ ਹੀ ਕਰਾਉਣੀ ਆ ਉਹ ਜੁਰਮਾਨਾ ਵੀ ਲਾਉਣਾ ਗੱਲਾਂ ਰਹਿ ਜਾਂਦੀਆਂ ਹੁਣ ਉਹ ਕੋਈ ਪਰਵਾਹੀ ਕਿਸੇ ਨੇ ਨਹੀਂ ਕੀਤੀ ਕੋਈ ਉਹਨਾਂ ਦੇ ਮਗਰ ਨਹੀਂ ਗਿਆ ਕੋਈ ਕੁਝ ਨਹੀਂ ਕੀਤਾ ਹੁਣ ਮੁੰਡਾ ਸ਼ੁਕਰਾਨਾ ਆਪਣਾ ਗੋਲੀ ਮਾਰ ਕੇ ਮਾਰ ਦਿੱਤਾ ਤੇ ਸਰਕਾਰ ਦੀ ਵੀ ਨਾਕਾਮੀ ਇੱਥੇ ਆ ਹੁਣ ਤੇ ਸਰਕਾਰ ਕਹਿੰਦੀ ਵੀ ਮੈਂ ਨਾਲਿਆਂ ਤੁਹਾਡੇ ਭਗਵੰਤ ਮਾਨ ਸਿੰਘ ਸੀਐਮ ਜੀ ਕਹਿੰਦੇ ਇਹ ਤੁਹਾਡੇ ਨਾਲ ਆ ਤੇ ਕੀ ਐਫਆਰ ਕਰਤੀ ਐਫਆਰ ਕੀਤੀ ਅੱਠਾਂ ਦਿਨਾਂ ਬਾਅਦ ਕੀਤੀ 0 ਐਫਆਰ 0 ਐਫਆਰ ਦਾ ਮਤਲਬ ਹੁੰਦਾ ਵੀ ਅਣਪਛਾਤੇ ਬੰਦਿਆਂ ਦੇ ਘਰਤੀ ਵੀ ਅਣਪਛਾਤੇ ਬੰਦਿਆਂ ਦੇ ਵਿੱਚ ਉਹਨੂੰ ਕਿੱਥੇ ਫੁਰਦ-ਫੁਰਦ ਕਰੋਂਗੇ ਕਾਹਨੂੰ ਕੋਰਟ 'ਚ ਜਾਂਦਾ ਮੈਂ ਉਹ ਤੇ ਉਹਨਾਂ ਕਹਣਾ ਵੀ ਲਿਆਓ ਬੰਦੇ ਕਿਹੜੇ ਆ ਤੇ ਕੋਰਟ 'ਚ ਬੰਦੇ ਹੋਏ ਹੀ ਨਹੀਂ ਤੇ ਫਿਰ ਉਹਤੇ ਕੀ ਕੇਸ ਕੁਝ ਵੀ ਨਹੀਂ ਬੰਨਣਾ ਉਹਦਾ ਨਪਟਾਰਾ ਕੋਈ ਵੀ ਨਹੀਂ ਹੋਣਾ ਇਹ ਤਾਂ ਧਿਆਨ ਹਟਾਉਣ ਲਈ ਤੁਸੀਂ ਪੈਸੇ ਦੇ ਕੇ ਤੁਸੀਂ ਕਹਿੰਦੇ ਵੀ ਅਸੀਂ ਮੂੰਹ ਬੰਦ ਕਰਦੇ ਆਂਗੇ ਵੀ ਉਹਨਾਂ ਦੇ ਪਰਿਵਾਰ ਨੂੰ ਕਰੋੜ ਰੁਪਈਆ ਤੁਸੀਂ ਦੇ ਦਿਓ ਚਲੋ ਨੌਕਰੀ ਦੇ ਦਿਓ ਤੇ ਮੂੰਹ ਬੰਦ ਹੋ ਜਾਏਗਾ ਪਰ ਉਹ ਸ਼ਹਾਦਤ ਦਾ ਮੁੱਲ ਤੇ ਕੋਈ ਨਹੀਂ ਨਾ ਤੁਸੀਂ ਕਰੋੜ ਰੁਪਇਆ ਮੁੱਲ ਪਾਤਾ ਕਹਿੰਦੇ ਮਾ ਦਾ ਪੁੱਤ ਤਾਂ ਨਹੀਂ ਵਾਪਸ ਆਣਾ ਕਰੋੜ ਰੁਪਏ ਚ ਜੇ ਆਪਾਂ ਗੱਲ ਕਰੀਏ ਮੁੱਲ ਪਾਤਾ ਜੀ ਇਹ ਕਸ਼ੀਦੀ ਦਾ ਮੁੱਲ ਪਾਤਾ ਉਹਨਾਂ ਨੇ ਅਸੀਂ ਦਿੱਤੇ ਅਸੀਂ ਪੈਸੇ ਦੇ ਤੇ ਬਸ ਇਹ ਨਾਲ ਗੱਲ ਕਹਿ ਦੇਣਾ ਤੇ ਉਹ ਮੁੱਲ ਕਿਹਦਾ ਕਰੋੜ ਰੁਪਈਆ ਮੁੱਲ ਹੋ ਜਾਂਦਾ ਕਿਹਦਾ ਪੁਆਇੰਟ ਇਹ ਹੈ ਨਾ ਕਿ ਜਦੋਂ ਕਰੋੜ ਮਿਲਦਾ ਵਾ ਉਸ ਦਿਵਾਂ ਲੋਕੀ ਵਾ 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 ਕਰਨ ਲੱਜਾਂਦੇ ਤੇ ਉਹਨਾਂ ਨੂੰ ਪਤਾ ਕੀ ਲੋਕਾਂ ਨੇ ਕਿਵੇਂ ਮੈਂਟੈਲਿਟੀ ਚੇਂਜ ਕਰਨੀ ਆ ਕਿਵੇਂ ਲੋਕਾਂ ਨੂੰ ਖਰੀਦਣਾ ਕਿਵੇਂ ਲੋਕਾਂ ਦੀ ਸੋਚ ਨੂੰ ਚੇਂਜ ਕਰਨਾ ਤੇ ਉਹ ਸਰਕਾਰ ਨੂੰ ਤਾਂ ਪਤਾ ਨਾ ਕਿ ਇਹਨਾਂ ਨੂੰ ਇੰਨੀ ਕੀ ਚੀਜ਼ ਦੇ ਦਿਓ ਇਹਨਾਂ ਨੇ ਖੁਸ਼ ਹੋਏ ਨਾ ਬਾਕੀ ਗੱਲਾਂ ਭੁੱਲ ਜਾਣੀਆਂ ਸੋ ਕੌਲਮ ਲਾ ਕੇ ਆਪਾਂ ਗੱਲ ਕਰੀ ਗਲਤੀ ਦਾ ਆਪਣੇ ਬੰਦਿਆਂ ਦੀ ਆ ਕੇ ਗਿਰਦੀ ਆ ਗਲਤੀ ਆਪਣੇ ਬੰਦੇ ਫਾਲੋਅ ਅਪ ਨਹੀਂ ਕਰਦੇ ਉਸ ਚੀਜ਼ ਨੂੰ ਤੇ ਨਾ ਹੀ ਆਪਣੇ ਬੰਦਿਆਂ ਨਾਲ ਹੱਕ ਡੜ ਕੇ ਖੜਦੇ ਆ ਬਿਲਕੁਲ ਇਹਨਾਂ ਨੂੰ ਚਾਹੀਦਾ ਵਾ ਜੇ ਆਪਣੇ ਨਾਲੇ ਖੜੇ ਨੇ ਹੁਣ ਮੈਂ ਕਈ ਥਾਵਾਂ ਤੇ ਵੇਖਿਆ ਪਾ ਵੀ ਆਪਣੇ ਕੋਈ ਕਿਸਾਨ ਲੀਡਰ ਵੀ ਬੜੇ ਕਰਪਟ ਨੇ ਜਿਨ੍ਹਾਂ ਨੂੰ ਉਧੇਦਾਰੀਆਂ ਮਿਲੀਆਂ ਹੋਈਆਂ ਅੱਛਾ ਜੀ ਉਹਨਾਂ ਲੋਕਲ ਏਰੀਆ 'ਚ ਜਾ ਕੇ ਬੰਦੇ ਦਾ ਨਾਮ ਪੁੱਛ ਲੋ ਤੇ ਅਗਲਾ ਨਾ ਗੱਲ ਕਰ ਜਾਂਦਾ ਯਾਰ ਨਹੀਂ ਐ ਇਦਾਂ ਨਹੀਂ ਇਦਾਂ ਵਾ ਹੁਣ ਉਹ ਗੱਲਾਂ ਤੇ ਆਗੇ ਜਾਹੀਂ ਉਹ ਲੋਕਾਂ ਨੂੰ ਸੱਚ ਮੰਨੀਏ ਜਾਂ ਉਹ ਕਲੇ ਲੀਡਰ ਨੂੰ ਸੱਚ ਮੰਨੀਏ ਹੁਣ ਇਹਨਾਂ ਨੇ ਕੀ ਰੁਲਦੂ ਮਾਨਸਾ ਜੀ ਨੇ ਕੀ ਗੱਲ ਕੀਤੀ ਸੀ ਵੀ ਅਸੀਂ ਇਹਨੇ ਲੱਖ ਦਾ ਰਾਸ਼ਨ ਵੇਚਿਆ ਤੇ ਫਲਾ ਫਲਾ ਰੇਟ ਦੀ ਅਸੀਂ ਫਲਾ ਫਲਾ ਬੰਦੇ ਨੂੰ ਡੱਲੇ ਵਾਲ ਨੂੰ ਗੱਡੀ ਲੈਤੀ ਅੱਛਾ ਜੀ ਤੇ ਬਾਕੀ ਦਾ ਉਹਨੇ ਪੀ ਤਾਂ ਕੋਈ ਦੱਸਿਆ ਨਹੀਂ ਨਾ ਵੀ ਇੰਨੇ ਪੈਸੇ ਕਿੱਥੇ ਗਏ ਜਾਂ ਹਾਲਾਂਕਿ ਸਟੇਜ ਸਟੇਜਾਂ ਤੇ ਕਿੰਨੇ-ਕਿੰਨੇ ਪੈਸੇ ਲੱਗੇ ਕਿੰਨੀ ਸਟੇਜ ਤੇ ਕਿੰਨੇ ਪੈਸੇ ਆਏ ਬਾਹਰੋਂ ਕਿੰਨੇ ਪੈਸੇ ਆਏ ਕੀ ਫੰਡਿੰਗ ਆਈ ਕਾਹਦੀ ਦਾ ਹਿਸਾਬ ਨਹੀਂ ਹੈ ਇਹਨਾਂ ਨੇ ਕਹਿ ਦੇ ਨਹੀਂ ਦਿੱਤਾ ਵੀ ਕਿੰਨੇ ਪੈਸੇ ਕਿੱਧਰ ਗਏ ਇਹਨਾਂ ਨੂੰ ਕਿੰਨੇ ਇਕੱਠੇ ਹੋਏ ਕਿੱਥੋਂ ਹੋਏ ਕਿਵੇਂ ਹੋਏ ਸਭ ਪੈਸੇ ਦੇ ਪੀੜ ਨੇ ਮੈਨੂੰ ਤਾਂ ਇਹ ਲੱਗਾ ਵੀ ਜਿਹੜੇ ਜਿਨ੍ਹਾਂ ਕੋ ਪੈਸੇ ਹਲੇ ਨਹੀਂ ਖਤਮ ਹੋਏ ਉਹ ਨਹੀਂ ਗਏ ਜਿਨ੍ਹਾਂ ਕੋਲੇ ਖਤਮ ਹੋ ਗਏ ਨੇ ਉਹ ਚਲ ਗਏ ਨੇ ਗੱਲ ਫਿਰ ਇਹੀ ਹੋ ਸਕਦੀ ਬਿਲਕੁਲ ਬਿਲਕੁਲ ਤੇ ਫਿਰ ਜੇ ਡੱਲੇਵਾਲ ਸਾਹਿਬ ਤੇ ਪੰਦੇਰ ਜੀ ਇਹ ਚੀ ਆ ਪੂਰੇ ਅਕਸਾ ਚ ਫਿਰ ਇਹ ਮੋਢੇ ਦੇ ਤਾਰੇ ਲਾਉਣੇ ਆ ਮੋਢੇ ਦੇ ਤਾਰੇ ਇਸ ਗੱਲ ਦਾ ਦੁਵਾਰੇ ਜੇ ਵੀ ਤੁਸੀਂ ਜੇ ਦੂਜੀਆਂ ਜਥੇਬੰਦੀਆਂ ਕਹਿ ਰਹੀਆਂ ਨੇ ਸਾਨੂੰ ਉਹਨਾਂ ਨੇ ਕਮੇਟੀ ਬਣਾਈ ਆ ਵੀ ਤੁਸੀਂ ਸਾਨੂੰ ਸਮਾਂ ਦਿਓ ਸਮਾਂ ਦੇ ਕੇ ਸਾਡੇ ਨਾਲ ਬਹਿ ਕੇ ਵਿਚਾਰ ਕਰਕੇ ਤੇ ਆਪਾਂ ਇਕੱਠੇ ਹੋ ਗਏ ਚਲੀਏ ਤੇ ਇਹ ਸਮਾਂ ਨਹੀਂ ਦੇ ਰਹੇ ਉਹਨਾਂ ਨਾਲ ਮਿਲ ਕੇ ਮੀਟਿੰਗ ਨਹੀਂ ਕਰ ਰਹੇ ਕਿਉਂ ਕਿਉਂਕਿ ਇਹਨਾਂ ਦੇ ਮੋਢੇ ਤੇ ਜੇ ਉਹ ਇਕੱਠੇ ਹੋ ਗਏ ਫਿਰ ਇਹਨਾਂ ਦੇ ਮੋਢਿਆਂ ਤੇ ਤਾਰੇ ਨਹੀਂ ਲੱਗਣੇ ਇਹ ਗਾਂ ਹੁਣੇ ਨਹੀਂ ਵੀ ਹਾਂਜੀ ਉਹ ਫਲਾ ਫਲਾ ਬੰਦੇ ਨੇ ਮੋਰਚਾ ਫਤੇ ਕਰਾਇਆ ਸੀ ਪਰ ਮੋਰਚਾ ਮੈਨੂੰ ਜਿੱਥੋਂ ਤੱਕ ਲੱਗਦਾ ਫਟੇ ਕਰਨਾ ਬੜਾ ਮੁਸ਼ਕਿਲ ਆ ਫਟੇ ਮੁਸ਼ਕਿਲ ਕਰਨਾ ਇਸ ਕਰਕੇ ਕਿਉਂਕਿ ਬੈਰੀਗੇਟਿੰਗ ਉਹਨਾਂ ਦੀ ਤਿਆਰੀ ਜਿਵੇਂ ਆ ਕਹਿ ਦੀਏ ਵੀ ਆਪਾਂ ਤਰਬਰ ਤਿਆਰ ਆ ਤੂੰ ਆਪਣੇ ਨੂੰ ਦੁਗਨੇ ਤਰਬਰ ਤਿਆਰ ਨੇ ਆਪਾਂ ਉਹਨਾਂ ਦੀਆਂ ਗੋਲੀਆਂ ਦਾ ਸਾਹਮਣਾ ਨਹੀਂ ਕਰ ਸਕਦੇ ਨਿਹੱਤੇ ਬੰਦੇ ਕਿਵੇਂ ਸਾਹਮਣਾ ਕਰ ਲਾਂਗੇ ਆਪਾਂ ਉਹਨਾਂ ਦੀਆਂ ਗੋਲੀਆਂ ਦਾ ਉਹਨਾਂ ਦੇ ਆਸੂ ਗੈਸ ਗੋਲੀਆਂ ਦਾ ਚਲੋ ਤੁਸੀਂ ਆសុਗੇ ਉਹ ਵੀ ਕਰ ਲੋ ਪਰ ਉਹਨਾਂ ਦੀ ਤੁਸੀਂ ਬੈਰੀਕੇਟਿੰਗ ਟੱਪੋਂਗੇ ਸਰੀਏ ਡੇਡੇ ਪੰਜ ਪੰਜ ਚਾਰਜ ਫੋਟ ਤੇ ਸਰੀਏ ਲਾਏ ਨੇ ਉਹਨਾਂ ਨੇ ਕਿਵੇਂ ਤੁਸੀਂ ਵਿੱਚੋਂ ਪੱਟ ਲੋਗੇ ਉਹਨੇ ਨੂੰ ਫਿਰ ਅੱਪ 35 ਦੇ ਮੁੱਦੇ ਦੀ ਗੱਲ ਕਰੀਏ ਕਿ ਆਪਣਾ ਸਿਰਫ ਦਿੱਲੀ ਜਾਣਾ ਦਾ ਮੁੱਦਾ ਹੈ ਨਹੀਂਗਾ ਹਾਂ ਆਪਣਾ ਮੁੱਦਾ ਤਾਂ ਹੈਗਾ ਕਿ ਆਪਾਂ ਆਪਣੇ ਜਿਹੜੇ ਲਾ ਪਾਸ ਕਰਵਾਉਣੇ ਨੇ ਤੇ ਉਹ ਮੇਨ ਮੁੱਦਾ ਆਪਣਾ ਹੈ ਨਾ ਤੇ ਆਪਾਂ ਗੱਲ ਕਰੀਏ ਕਿ ਜੇ ਆਪਾਂ ਪੀਐਮ ਦੀ ਗੱਲ ਕਰੀਏ ਮੁੱਦੀ ਦੀ ਹੈ ਨਾ ਉਹ ਕਿਉਂ ਨਹੀਂ ਪਾਸ ਕਰ ਰਿਹਾ ਜੇ ਆਪਾਂ ਇਹਦੀ ਗੱਲ ਕਰੀਏ ਜੇ ਤੁਹਾਨੂੰ ਕੋਈ ਨੌਲੇਜ ਹੋਵੇ ਡੀਪੇ ਦੇ ਬਾਰੇ ਪਹਿਲੀ ਤਾਂ ਗੱਲ ਨੌਲੇਜ ਤੇ ਜਿੰਨੀ ਹੋ ਸਕੀ ਮੈਂ ਜ਼ਰੂਰ ਸ਼ੇਅਰ ਕਰਾਂਗਾ ਸਾਂਜੀ ਉਥੇ ਸੰਭੂ ਬਾਰਡਰ ਦੇ ਉੱਤੇ ਨਾ ਇੱਕ ਚੈਨਲ ਸੀਗਾ ਮੈਡਮ ਹਿੰਦੀ ਨਿਊਜ਼ ਵਾਲੀ ਸੀਗੀ ਅੱਛਾ ਉਹਨੇ ਕੀ ਕੀਤਾ ਵੀ ਮੁੰਡੇ ਨੌਜਵਾਨ ਸੀਗੇ ਮੇਰੇ ਰਗੇ ਉਬਲਦੇ ਖੂਨ ਵਾਲੇ ਕਹਿੰਦੇ ਵੀ ਚੱਕਦੇ ਆਂਗੇ ਦੱਬਦੇ ਆਂਗੇ ਉਹ ਕਹਿੰਦੇ ਵੀ ਐਮਐਸਪੀ ਦੀ ਫੁੱਲ ਫਾਰਮ ਤੇ ਦੱਸੋ ਕੀ ਸ਼ੈ ਹੈ ਕਿ ਇਹ ਸਾਨੂੰ ਪਤਾ ਵੀ ਲੱਗੇ ਐਮਐਸਪੀ ਕਾ ਦੀ ਚੀਜ਼ ਦੀ ਮੰਗ ਕਰ ਰਹੇ ਹਾਂ ਉਹ ਕਹਿੰਦੇ ਸਾਨੂੰ ਇਹ ਨਹੀਂ ਪਤਾ ਪਰ ਅਸੀਂ ਬਾਰਡਰ ਟੱਪ ਜਾਾਂਗੇ ਸਾਨੂੰ ਇਹ ਪਤਾ ਕੋਈ ਗੱਲ ਹੈ ਨਾ ਮਤਲਬ ਬੇਸਿਕਲੀ ਅਪੁਆਇੰਟ ਤੇ ਆਪਾਂ ਗੱਲ ਨਹੀਂ ਕੀਆ ਆਪਾਂ ਵੀਕ ਕਿੱਥੇ ਹੁੰਨੇ ਆ ਪੰਜਾਬ 'ਚ ਜਦੋਂ ਕੋਈ ਗੱਲ ਹੁੰਦੀ ਆਪਾਂ ਵੀਕ ਕਿੱਥੇ ਹੋਏ ਨੇ ਆਪਾਂ ਇਮੋਸ਼ਨਲੀ ਕਹਿ ਦਿੰਦੇ ਆ ਕਿ ਪੰਜਾਬ ਨੂੰ ਪਿੱਛੇ ਰੱਖ ਦਿਆ ਪਰ ਜਿਹੜੇ ਮੁੱਦੇ ਨੇ ਨਾ ਆਪਣੇ ਹੁੰਦੇ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਮੁੱਦੇ ਕੀ ਹੁੰਦੇ ਆਪਾਂ ਨੂੰ ਬਸ ਇੱਕ ਲਕੀਰ ਦਿਖਾਤੀ ਆਪਾਂ ਉਹਦੇ ਫਕੀਰ ਬਣ ਜਾਂਦੇ ਆ ਬਸ ਉਹਦੇ ਮਗਰ ਮਗਰ ਚਾਈ ਜਾਂਦੇ ਆ ਪਰ ਐਕਚੁਅਲੀ ਜੋ ਤੱਤ ਨੇ ਉਹ ਗੱਲਾਂ ਤਾਂ ਨਹੀਂ ਆਪਾਂ ਹੁੰਦੇ ਸੁਪਰੀਮ ਕੋਰਟ ਨੂੰ ਉਹੀ ਸਾਰਾ ਕੁਝ ਦੱਸੋ ਕੀ ਸਿਸਟਮ ਹੈ ਦਾ ਦੀਪ ਸਿੱਧੂ ਨੂੰ ਕਿਉਂ ਇਸ ਚਾ ਕਰਕੇ ਕਹਿ ਰਹੇ ਸੀ ਕਿਉਂਕਿ ਉਹ ਵਕਾਲਤੀ ਬੰਦਾ ਸੀ ਉਹਨੂੰ ਮੁੱਦਿਆਂ ਬਾਰੇ ਪਤਾ ਸੀ ਉਹਨੂੰ ਹਾਜ਼ਰ ਜਵਾਬ ਸੀ ਪੁਆਇੰਟ ਟੂ ਪੁਆਇੰਟ ਚੱਲਦਾ ਉਹ ਐ ਟੂ ਪੁਆਇੰਟ ਗੱਲ ਕਰਨੀ ਆਉਂਦੀ ਸੀ ਉਹਨੂੰ ਬਿਲਕੁਲ ਉਹ ਗੱਲ ਤੁਹਾਨੂੰ ਦੱਸ ਦਿੰਦਾ ਸੀ ਸਾਰੀ ਵਿਖੇਵ ਕਰਕੇ ਵੀ ਕੀ ਕੀ ਚੀਜ਼ ਹੈ ਕੀ ਕੀ ਚੀਜ਼ ਆਪਾਂ ਕਿੱਦਾਂ ਕਰ ਸਕਦੇ ਅਗਲੇ ਵੇਰ ਵਿੱਚ ਕੀ ਹੋ ਸਕਦਾ ਬਿਲਕੁਲ ਬਿਲਕੁਲ ਕਾਲਜ ਵੀ ਉਹ ਬੰਦੇ ਨੇ ਕੀਤੀ ਨਾ ਤਾਂ ਮੈਂ ਤੇਰੇ ਮੇਰੇ ਤਾਂ ਹਲੇ ਉਮਰ ਹੀ ਕੋਸ਼ ਨਹੀਂ ਤੇ ਮੈਂ ਮੈਂ ਕਹਿ ਦਿਆਂ ਤੇ ਐਮ ਐਸ ਪੀ ਦਾ ਮਤਲਬ ਵੀ ਮਿਨੀਮਮ ਸਪੋਰਟ ਪ੍ਰਾਈਸ ਮਿਨੀਮਮ ਸਪੋਰਟ ਪ੍ਰਾਈਸ ਦੇ ਵਿੱਚ ਤੁਸੀਂ ਉਹ ਕਹਿੰਦੇ ਆ ਵੀ ਤੁਸੀਂ ਇੱਕ ਮੁੱਲ ਤੈਅ ਕਰ ਦਿਓ ਸਾਡੀ ਚੀਜ਼ ਦਾ ਅਸੀਂ ਉਸ ਚੀਜ਼ ਦੇ ਉੱਤੇ ਆਪਦੀ ਫਸਲ ਆਪਦੀ ਕੋਈ ਵੀ ਫਸਲ ਹੋਵੇ ਉਹ ਹੀ ਵੇਚ ਸਕੀ ਤੇ ਅਸੀਂ ਅਗਾ ਜਾ ਕੇ ਆਪਦਾ ਘਰ-ਬਾਰ ਚਲਾ ਸਕੀ ਇਹ ਵੀ ਸਾਨੂੰ ਪਤਾ ਹੋਵੇ ਵੀ ਆ ਸਾਡੀ ਚੀਜ਼ ਇੰਨੇ ਮਣ ਹੋਈ ਆ ਤੇ ਇੰਨੇ ਦੀ ਵਿਕਣੀ ਆ ਤੇ ਸਾਨੂੰ ਇੰਨੇ ਬਚਨੇ ਆ ਤੇ ਸਾਡੀ ਇੰਨੀ ਲਾਗਤ ਆ ਕਰ ਕਰਾ ਕੇ ਅਗਲਾ ਠੇਕਾ ਵੀ ਆਪਦਾ ਉਸ ਹਸਾਬ ਨਾਲ ਕਢ ਲੈਂਦਾ ਆਪਦਾ ਸਾਰੇ ਠੇਕੇ ਦੀ ਉਸ ਹਸਾਬ ਨਾਲ ਕਰ ਲੈਂਦਾ ਉਸ ਸੈਟਿੰਗ ਦੇ ਨਾਲ ਕੇ ਤੇ C2+50 ਤੇ ਸੁਆਮੀਨਾਥ ਦੀ ਰਿਪੋਰਟ ਦੇ ਅਨੁਸਾਰ C2+50 ਦੇ ਵੀ ਤੇ ਇਹਦੇ ਵਿੱਚ ਆਇਆ ਵੀ ਆਪਾਂ ਨੂੰ ਪਤਾ ਹੋਵੇ ਵੀ ਆਪਣਾ ਮੂਲ ਵਿਆਹ ਸਾਰਾ ਕੁਝ ਕਿੰਨਾ ਵਾ ਕਿੱਥੇ ਇਹਦੇ ਅਰੇ ਵਿੱਚ ਖੜਦਾ ਵਾ ਤੇ ਇਹਦੇ ਵਿੱਚ ਜਿਹੜਾ ਮੋਦੀ ਆ ਮੋਦੀ ਵੀ ਕਹਿੰਦੇ ਵੀ ਡਬਲਿਊਟੀਟੀਓ ਦੇ ਅੰਡਰ ਹੋ ਕੇ ਚੱਲ ਰਿਆ ਅੱਛਾ ਜੀ ਕਾਰਨ ਕਾਰਨ ਇਹ ਆ ਵੀ ਜੇ ਇਹਨਾਂ ਨੇ ਉੱਥੇ ਮੋਹਰਾਂ ਤੇ ਸائن ਕਰਕੇ ਚੇਚਾ ਲਿਖੇ ਹੋਏ ਨੇ ਵੀ ਤੁਸੀਂ ਇਸ ਚੀਜ਼ ਦੇ ਵਿੱਚ ਬਾਹਰ ਨਹੀਂ ਜਾ ਸਕਦੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਵਿੱਚ ਕਿਉਂਕਿ ਉਹ ਕਹਿੰਦੀ ਆ ਵੀ ਤੁਸੀਂ ਉਹ ਸਬਸਿਡੀ ਦੇ ਖਿਲਾਫ ਆ ਉਹ ਇੱਕ ਮੁੱਲ ਦੇਂਦੇ ਉਹ ਕਹਿੰਦੇ ਵਪਾਰ ਚ ਵਾਦਾ ਕਰੋ ਵੀ ਲੈਣ ਦੇ ਨਾਲੋਂ ਜ਼ਿਆਦਾ ਕਰੋ ਵੀ ਪਰ ਮੁੱਲ ਇੱਕ ਤੈ ਨਾ ਕਰੋ ਕਿਉਂਕਿ ਉਹ ਮੁੱਲ ਇੱਕ ਤੈ ਨਹੀਂ ਕਰਦੇ ਉਹਨਾਂ ਨੂੰ ਪਤਾ ਹੁੰਦਾ ਵੀ ਅੱਜ ਮੰਨ ਕੇ ਚਲੋ ਉਹਨਾਂ ਨੂੰ ਪਹਿਲਾ ਮਹੀਨਾ ਪਤਾ ਚੱਲ ਜਾਂਦਾ ਵੀ ਅੱਜ ਇਸ ਚੀਜ਼ ਦੀ ਕਮੀ ਆਉਣੀ ਆ। ਤੁਸੀਂ ਚੀਜ਼ ਨੂੰ ਸਟੋਰ ਕਰ ਲੈਂਦੇ ਨੇ। ਉਹਨਾਂ ਕੋਲ ਪਾਵਰਾਂ ਨੇ, ਉਹਨਾਂ ਕੋਲ ਸਾਰੀਆਂ ਵੀ ਆਸ ਚੀਜ਼ ਨੂੰ ਸਟੋਰ ਕਰ ਲਓ ਇਸ ਚੀਜ਼ ਦੀ ਕਮੀ ਕਰ ਦਿਓ ਇਸ ਚੀਜ਼ ਨੂੰ ਖੁੱਲਾ ਛੱਡ ਦਿਓ ਇਸ ਚੀਜ਼। ਉਹ ਸਾਰਾ ਕੁਝ ਉਹਦੇ ਅੰਡਰ ਹੱਥ ਰੱਖ ਕੇ ਚੱਲਦੇ ਨੇ। ਉਹਨਾਂ ਨੂੰ ਪਤਾ ਹੈ ਤੇ ਉਹ ਕਹਿੰਦੇ ਨੇ ਵੀ ਤੁਸੀਂ ਸਬਸਿਡੀ ਨਾ ਦਿਓ ਕਿਸਾਨਾਂ ਨੂੰ 5 ਤੋਂ 10% ਜੇ ਦੇਣੀ ਦਿਓ ਪਰ ਆਪਣੀ ਸਰਕਾਰ ਵੀ ਕਹਿੰਦੇ 13.7% ਸਬਸਿਡੀ ਦਿੰਦੀ ਆ। ਦਾਹਰੇ ਹਾਂ ਦੇ ਉੱਤੇ ਤੁਸੀਂ ਗੂਗਲ ਕਰਕੇ ਇਹ ਚੀਜ਼ ਵੀ ਦੇਖ ਸਕਦੇ ਜੀ। ਤੇ ਉਹਦੇ ਵਿੱਚ ਜੇ ਉਹ ਅੱਜ ਐਮਐਸਪੀ ਦੇਂਦਾ ਵਾ ਇੱਕ ਸਪੋਰਟ ਪ੍ਰਾਈਜ਼ ਉਹਨਾਂ ਕਿਸਾਨਾਂ ਨੂੰ ਦੇ ਦਿੰਦਾ ਵਾ ਤੇ ਉਹਨੂੰ ਉਸ ਚੀਜ਼ ਤੋਂ ਬਾਹਰ ਹੋਣਾ ਪੈਂਦਾ ਵਾ ਉਹ ਇਸ ਚੀਜ਼ ਤੋਂ ਵੀ ਦਬਾਅ ਚੋਂ ਆ ਕੁਝ ਹੋਰ ਵੀ ਹੁੰਦੇ ਆ ਆਪਣੇ ਰਾਜਨੀਤਿਕ ਤੱਤ ਹੋ ਸਕਦੇ ਨੇ ਹੋਰ ਵੀ ਹੁੰਦੀਆਂ ਆ ਗੱਲਾਂ ਹੋ ਸਕਦੀਆਂ ਨੇ ਕੋਈ ਅਣਖੌਂਦੀ ਵੀ ਹੋ ਸਕਦੀ ਹੈ ਭਾਈ ਮੈਂ ਨਹੀਂ ਹੁੰਦੇ ਨਾ ਤਾਂ ਬਦਲ ਨਹੀਂ ਹੁੰਦੇ ਨੇ ਤੇ ਵੀ ਹੋ ਸਕਦਾ ਤੇ ਜੇ ਉਹ ਬਾਹਰ ਆਂਦਾ ਵਾ ਤੇ ਉਹਦੇ ਕੀ ਨੁਕਸਾਨ ਹੋ ਸਕਦੇ ਦੇਸ਼ ਨੂੰ ਨੁਕਸਾਨ ਤੇ ਵੇਖੋ ਕੀ ਫਸਲ ਦਾ ਕੀ ਹਾਲ ਕੀਤਾ ਵਾ ਇਜ਼ਰਾਈਲ ਦਾ ਕੀ ਹਾਲ ਕੀਤਾ ਵਾ ਤਾਲੀਬਾਨਾਂ ਦਾ ਕੀ ਹਾਲ ਕੀਤਾ ਵਾ ਉਹਨਾਂ ਨੇ ਉਹ ਸਾਰਾ ਉਹਨਾਂ ਦੇ ਹੱਥੀਂ ਤੇ ਚੱਲ ਰਿਹਾ ਵਾ ਇੱਕ ਲਾ ਇਹਨ ਵਲਡ ਆਰਡਰ ਦੀ ਇੱਕ ਤੁਹਾਨੂੰ ਪਤਾ ਹੀ ਹੋਣਾ ਮੇ ਕੰਮ ਤੇ ਇਹ ਵਨ ਨੇਸ਼ਨ ਵਨ ਸਾਰਾ ਕੁਝ ਚਲਾਉਣਾ ਚਾਹੁੰਦੇ ਨੇ ਉਹ ਤੇ ਉਹਦੇ ਵਿੱਚ ਉਹਨਾਂ ਨੂੰ ਆਪ ਦਾ ਕਾਬਜ ਕਰਨ ਲਈ ਉਹਨੂੰ ਕੈਨ ਪੁੱਛਣਾ ਨਹੀਂ ਪੈਣਾ ਤੋ ਕਾਬਜ ਕਰ ਵੀ ਲੈਣਗੇ ਆਉਣ ਵਾਲੇ ਸਮਿਆਂ 'ਚ ਉਹ ਮੰਨ ਗਏ ਚਲੋ ਲੈਬਾਂ ਵੀ ਇਹੋ ਜਿਹੀਆਂ ਤਿਆਰ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਸੈਂਥੈਟਿਕ ਫੂਡ ਤਿਆਰ ਕਰਨਗੇ ਜਿਨ੍ਹਾਂ ਦੇ ਵਿੱਚ ਉਹ ਆਪ ਦੀ ਪੈਦਾਵਾਰ ਆਪ ਕਰਨਗੇ ਵੀ ਤੁਹਾਡੀ ਜ਼ਮੀਨ ਤੋਂ ਬਿਨਾ ਵੀ ਤੁਸੀਂ ਇਹ ਕਹਿੰਦੇ ਹੋ ਨਾ ਜੀ ਜ਼ਮੀਨਾਂ ਦੇ ਮਾਲਕ ਉਹ ਤੁਹਾਡੀ ਜ਼ਮੀਨ ਤੋਂ ਬਿਨਾਂ ਹੀ ਫੂਡ ਪੈਦਾ ਕਰਕੇ ਵਕਾਉਣਗੇ ਲੈਬਾਂ ਦੇ ਵਿੱਚ ਆਪਣੇ ਇੰਡੀਆ ਦੇ ਵਿੱਚ ਖਣੀ ਕੈਰਲਾ ਜਿੱਪਣ ਕਿੱਥੇ ਲੈਬ ਉਹ ਆ ਚੁੱਕੀ ਹੈ ਇੱਕ ਉਹਦੇ ਸਰਚ ਤਿਆਰ ਪੂਰੀ ਕਰ ਰਹੇ ਨੇ ਤੇ ਬਾਹਰ ਵੀ ਉਹ ਲੱਗ ਚੁੱਕੀਆਂ ਨੇ ਇਹ ਕਿਉਂ ਉੱਥੇ ਹੋ ਰਿਹਾ ਵਾ ਇਹ ਹੁਣ ਤੁਸੀਂ ਵੇਖੋ ਵੀ ਇਹਨੇ ਬਾਹਰ ਦੇ ਦੇਸ਼ਾਂ 'ਚ ਵੀ ਇਹ ਕੰਮ ਚੱਲ ਰਿਹਾ ਵਾ ਉਹਨਾਂ ਨੇ ਲਿਆ ਕੇ ਪਾਰਲੀਮੈਂਟ ਰਾਜ ਸਾਰਿਆਂ ਦੇ ਅੱਗੇ ਢੇਰੀਆਂ ਲਾ ਦਿੰਦੇ ਆ ਗੋਹਾ ਖਿਲਾਰ ਦਿੱਤਾ ਵਾ ਤੇ ਆਪਣੇ ਤੋਂ ਸੜਕਾ ਤੋਂ ਗਾਂ ਹੀ ਨਹੀਂ ਜਾਣ ਦਿੰਦੇ ਭਏ ਤੇ ਇਹ ਵੀ ਗੱਲ ਵੇਖਣ ਵਾਲੀ ਇਹ ਸੋਚੀ ਸਮਝੀ ਤਰੀਕ ਉੱਤੋਂ ਚੱਲ ਰਿਹਾ ਵਾ ਇਹ ਇੱਕ ਪਰਿ ਸਾਰੇ ਤਰੀਕੇ ਹੁੰਦੇ ਆ ਵੀ ਕਿਵੇਂ ਕਰਨੀ ਆਪਾਂ ਗੱਲ ਕਰੀਏ ਨਾ ਕਿਉਂਕਿ ਜਿਹੜਾ ਕਿਸਾਨ ਦਾ ਮੁੱਦਾ ਵਾ ਤੇ ਉਹ ਸਿਰਫ ਇੰਡੀਆ ਚ ਨਹੀਂ ਚੱਲਦਾ ਉਹ ਬਾਹਰ ਵੀ ਚੱਲਦਾ ਪਿਆ ਤੇ ਬਾਹਰ ਵੀ ਸੇਮ ਇਸ਼ੂ ਹੀ ਨੇ ਇਹ ਸਾਰੇ ਸੇਮ ਇਸ਼ੂਆਂ ਦੇ ਵਿੱਚ ਮੰਨ ਕੇ ਚੱਲੋ ਵੀ ਹੁਣ ਮੈਂ ਹੁੰਦਾ ਵੀ ਇੱਕ ਆਰਗੈਨਿਕ ਚੀਜ਼ ਖਾਣਾ ਮੈਨੂੰ ਉਸ ਚੀਜ਼ ਤੋਂ ਸ਼ਕਤੀ ਪਰ ਪੈਦਾ ਹੁੰਦੀ ਆ ਵੀ ਮੈਂ ਇੱਕ ਮੇਰਾ ਸਰੀਰ ਨੂੰ ਪਤਾ ਲੱਗਦਾ ਵੀ ਮੈਂ ਅੱਜ ਕੁਝ ਖਾਧੀ ਆ ਬਿਲਕੁਲ ਇੱਕ ਮੈਂ ਕੈਮੀਕਲ ਬਣਾ ਕੇ ਜੀ ਜੀ ਖਾਂਦਿਆਂ ਉਹ ਮੇਰਾ ਸਰੀਰ ਨੂੰ ਡੋਲ ਡਾਵਾ ਡੋਲ ਜਾ ਰੱਖਦਾ ਰੱਖਦਾ ਬਿਲਕੁਲ ਹੁਣ ਮੰਨ ਕੇ ਚੱਲੋ ਵੀ ਮੈਂ ਤੁਹਾਨੂੰ ਚੰਗੀ ਚੀਜ਼ ਦਿੱਤੀ ਦੁੱਧ ਘਿਓ ਲੱਸੀ ਮੱਖਣ ਦਿੱਤਾ ਤਾਂ ਸਰੀਰ ਤਗੜਾ ਹੋਵੇ ਤੇ ਅੱਗੇ ਮੈਂ ਕੈਮੀਕਲ ਹਲਾਵਾ ਤੇ ਮੈਂ ਤੁਹਾਡੇ ਨਾਲ ਪੜਾਂਗਾ ਤੇ ਤੁਸੀਂ ਇਹਦੇ ਚ ਪੜਾ ਮਾਰ ਮਾਰਦੇ ਨਾ ਮੈਨੂੰ ਬਿਲਕੁਲ ਬਿਲਕੁਲ ਉਹਨਾਂ ਨੂੰ ਪਤਾ ਆ ਵੀ ਜੇ ਇਹਨਾਂ ਨੂੰ ਅਸੀਂ ਕਾਬਜ ਕਿਵੇਂ ਕਰਨਾ ਆ ਹੁਣ ਮੰਨ ਲਏ ਚਲੋ ਵੀ ਤੁਹਾਨੂੰ ਮੈਂ ਉਹ ਜਿਹਾ ਫੂਡ ਖਵਾਵਾ ਤੇ ਉਹਦੇ ਵਿੱਚ ਤੁਹਾਨੂੰ ਮੈਂ ਖਵਾ ਖਵਾ ਕੇ ਤੇ ਤੁਹਾਨੂੰ ਮੈਂ ਆਪਦੇ ਅੰਡਰ ਰੱਖ ਸਕਦਾ ਵੀ ਤਦ ਮੈਨੂੰ ਜਦੋਂ ਫੜਨਾ ਪਵੇ ਉਦੋਂ ਮੈਂ ਤੁਹਾਡੇ ਦੇ ਪਟਾ ਪਾਲਾਂ ਵੀ ਆਪਦੇ ਅੰਡਰ ਕਰ ਲਾਂ ਤੇ ਜੇ ਮੈਂ ਤੁਹਾਨੂੰ ਦਿੱਤੀਆਂ ਹੋਰ ਲੇ ਨੀ ਚੀਜ਼ਾਂ ਤੇ ਤੁਸੀਂ ਦੇ ਕਹਿਣਾ ਵੀ ਪਰਾਂ ਹੋ ਜੀ ਧੱਕਾ ਮਾਰ ਕੇ ਹੋ ਜਾਣਾ ਇਹ ਉਹਨਾਂ ਨੂੰ ਪਤਾ ਵੀ ਚੰਨ ਨੂੰ ਕਵਰ ਕਿਵੇਂ ਕਰਨਾ ਵਾ ਪਹਿਲਾਂ ਉਹਨਾਂ ਨੇ ਨਸ਼ਾ ਵਾੜਿਆ ਕੈਮੀਕਲ ਵਾੜਿਆ ਆਪਣੇ ਅੰਦਰ ਸਾਰਾ ਅੰਦਰ ਜਿਵੇਂ ਆਪਣੇ ਪੰਜਾਬ ਦੇ ਵਿੱਚ ਕਿੰਨਾ ਮੈਗਨੇਟ ਚਟਾ ਅਸਮੈ ਉਹਨਾਂ ਦੇ ਅੰਦਰ ਵਾੜਿਆ ਵੀ ਨੌਜਵਾਨੀ ਕਿਰਨ ਤੇ ਹੋਇਆ ਕੁਝ ਨੌਜਵਾਨੀ ਬਾਹਰ ਕਲਾਈ ਉਹ ਸਾਰਾ ਕੁਝ ਸਟਰਕਚਰ ਉਹਨਾਂ ਦੇ ਦਿਮਾਗ 'ਚ ਚੱਲ ਰਿਹਾ ਉਹ ਕਿਵੇਂ ਆਪਣੇ ਨੂੰ ਗਾਂ ਆਪ ਨੂੰ ਕੰਟਰੋਲ ਕਰਨਾ ਤੇ ਉਹਨਾਂ ਨੇ ਕਿੱਦਾਂ ਕਰਕੇ ਰੱਖਣਾ ਵਾ ਇਹ ਉਹਨਾਂ ਨੂੰ ਪਹਿਲਾਂ ਤੋਂ ਹੀ ਪਤਾ ਵਾ ਜੇ ਆਪਾਂ ਕਹਿ ਦਈਏ ਨਾ ਵੀ ਆਪਾਂ ਆ ਜਾਏ ਕੁਝ ਕਰਦੇ ਆਂ ਕਿਉਂ ਕਰਦੇ ਆਂਗੇ ਤੇ ਨਹੀਂ ਹੋ ਸਕਦਾ ਮੇਰੇ ਜਿੱਤੋਂ ਤੱਕ ਮੈਨੂੰ ਲੱਗਦਾ ਅੱਪਾ ਗੱਲ ਕਰੀਆ ਨਾ ਪਿੱਛੇ ਜੀ ਇਹਨਾਂ ਦੀ ਮੀਟਿੰਗ ਹੋਈ ਸੀ ਉਹਨਾਂ ਚ ਉਹਨਾਂ ਨੇ ਕਹਿਆ ਸੀ ਅਸੀਂ ਦੇ ਦੇ ਦਿੰਨੇ ਆ ਐਮਐਸਪੀ ਤੇ ਪਰ ਤੁਸੀਂ ਨਾਲ ਇਹ ਹੈ ਕਿ ਹੋਰ ਚੀਜ਼ਾਂ ਵੀ ਉਗਾਉਣੀਆਂ ਸ਼ੁਰੂ ਕਰੋ ਤੇ ਉਹ ਕੀ ਹੋਰ ਚੀਜ਼ਾਂ ਨੇ ਤੇ ਇਹਨਾਂ ਨੇ ਕਿਉਂ ਨਹੀਂ ਉਸ ਚੀਜ਼ ਤੇ ਰਿਸਪਾਂਸ ਕੀਤਾ ਸਰਕਾਰ ਨੂੰ ਇਹਦੇ ਵਿੱਚ ਕੀ ਸਿਸਟਮ ਹੈ ਇਹਦੇ ਵਿੱਚ ਨਾ ਗੱਲ ਇੰਟਰਵਿਊ ਕੀਤੀ ਸੀ ਜਾਖੜ ਜੀ ਨੇ ਤੇ ਭਾਜਪਾ ਦੇ ਪ੍ਰਧਾਨ ਜਾਖੜ ਜੀ ਤੇ ਉਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਤੁਹਾਨੂੰ ਐਮਐਸਪੀ ਦੀ ਗਰੰਟੀ ਦਵਾ ਦਨੇ ਤੁਹਾਨੂੰ ਦਵਾ ਦਨੇ ਐਮਐਸਪੀ अच्छा पर किसान ਭਰਾ ਸਾਨੂੰ ਇਸ ਗੱਲ ਦੀ ਗਾਰੰਟੀ ਦੇਣ ਜੇ ਸਾਨੂੰ ਇਹ ਚੀਜ਼ ਆ ਕੇ ਦੱਸਣ ਸਾਨੂੰ ਕਿਤੇ ਲਿਖ ਕੇ ਦੇਣ ਵੀ ਅਸੀਂ ਕਣਕ ਝੋਨਾ ਜਾਂ ਜਿਸ ਜਿਸ ਫਸਲ ਤੋਂ ਸਾਨੂੰ ਮੁਨਾਫਾ ਹੁੰਦਾ ਵਾ ਉਸ ਫਸਲ ਨੂੰ ਛੱਡ ਕੇ ਹੋਰ ਫਸਲਾਂ ਵੀ ਲਾਉਣਗੇ ਤੇ ਉਹਨਾਂ ਤੋਂ ਉਹਨਾਂ ਤੋਂ ਵੀ ਐਮਐਸਪੀ ਮਿਲੇਗੀ ਤੇ ਇਹ ਫਸਲਾਂ ਇੱਕ ਫਸਲਾਂ ਦੇ ਵਿੱਚੋਂ ਤੇ ਉਹ ਜੇ ਲਾਉਣਗੇ ਆਪਣੇ ਮਤਲਬ ਚੱਕਰਵਰਤੀ ਜਿਹੜੀ ਹੁੰਦੀ ਹੈ ਨਾ ਫਸਲ ਚੱਕਰਵਰਤੀ ਜਿਵੇਂ ਆਪਾਂ ਕਹੇ ਦੀ ਪੱਕਣ ਕਲਾਲੀ ਝੋਨਾ ਲਾ ਲਿਆ ਕਣਕ ਲਾਲੀ ਝੋਨਾ ਨਾਲ ਆ ਉਹਦੇ ਤੋਂ ਹਟ ਕੇ ਕਦੇ ਕਣਕ ਲਾਲੀ ਕਦੇ ਮੂੰਗ ਲਾਲੀ ਕਦੇ ਆਪਾਂ ਬਾਜਰਾ ਲਾ ਲਿਆ ਕਦੇ ਕੁਝ ਲਾ ਲਿਆ ਬਿਲਕੁਲ ਬਿਲਕੁਲ ਤੇ ਇਹ ਚੀਜ਼ਾਂ ਲਾਉਣੀਆਂ ਸ਼ੁਰੂ ਕਰਨਾ ਤੇ ਅਸੀਂ ਫਿਰ ਇਸੀ ਤੇ ਦਵਾਂਗੇ ਹੁਣ ਇਹ ਚੀਜ਼ ਤੇ ਪਤਾ ਨਹੀਂ ਉਹਨਾਂ ਜਥੇਬੰਦੀਆਂ ਨੇ ਕੀ ਲਾਣ ਆ ਕੀ ਕਹਿਣ ਗਈਆਂ ਇਹ ਤੁਹਾਨੂੰ ਜਥੇਬੰਦੀਆਂ ਦੇਖਿਆ ਨਾ ਅਜੇ ਤੱਕ ਉਹਨਾਂ ਨੇ ਕੋਈ ਰਿਸਪੌਂਸ ਦਿੱਤਾ ਨਹੀਂ ਇਸੇ ਰਿਸਪੌਂਸ ਮੇਰੇ ਦੇਖਣ ਚ ਤੇ ਨਹੀਂ ਆਇਆ ਬਾਕੀ ਇਹ ਗੱਲ ਕਰੀ ਆ ਨਾ ਤੇ ਆਪਾਂ ਸਿਰਫ ਦੋ ਹੀ ਖੇਤੀ ਕਿਉਂ ਕਰਦੇ ਆ ਕਿਸਾਨ ਆਪਾਂ ਗੱਲ ਕਰੀਏ ਕਿਸਾਨ ਦੀ ਯਾਰ ਵੇਖੋ ਸਭ ਤੋਂ ਬੇਸਿਕ ਨੀਡਸ ਨੇ ਇਹਨਾਂ ਨੂੰ ਬਚਤ ਇਹਨਾਂ ਚ ਜਿੰਦੀ ਆ ਬਚਤ ਇਹ ਜਿੰਦੀ ਇਹਨਾਂ ਨੂੰ ਇਹਨਾਂ ਨੂੰ ਲੱਗਦਾ ਵੀ ਹਾਂ ਵੀ ਸਾਨੂੰ ਇਹਦੇ ਜੋ ਚਾਰ ਪੈਸੇ ਬਚਨੇ ਨੇ ਉਹਨਾਂ ਨੂੰ ਆਸ ਹੁੰਦੀ ਆ ਵੀ ਇਸ ਚੀਜ਼ ਚੋਂ ਚਾਰ ਪੈਸੇ ਬਚਨਗੇ ਤੇ ਇਸ ਚੀਜ਼ ਚ ਰੱਖਾਂਗੇ ਵੀ ਹੁਣ ਮਾਰੇਗੇ ਚਲੋ ਵੀ ਕਣਕ ਲਾ ਲਈ ਕਣਕ ਦੇ ਵਿੱਚ ਇਹ ਆ ਥੋੜਾ ਜਿਹਾ ਕਣਕ ਲਾਉਣ ਦੇ ਵਿੱਚ ਬੰਦਾ ਬੇਲਾ ਵੀ ਹੋ ਜਾਂਦਾ ਵਾ ਤੇ ਪਾਣੀ ਲਾਉਣਾ ਵੀ ਸੋਖਾ ਹੋ ਜਾਂਦਾ ਬੰਦੇ ਨੂੰ ਤੇ ਬੰਦੇ ਨੇ ਉੱਤੇ ਸਪਰੇਅ ਸੁਪਰਵਾ ਦਾ ਵੀ ਬੰਦੇ ਨੂੰ ਸੌਕਾ ਆ ਜਾਂਦਾ ਝੋਨੇ ਦੇ ਉੱਤੇ ਬੰਦੇ ਨੂੰ ਗੀੜਾ ਰੱਖਣਾ ਵੀ ਪੈਂਦਾ ਵਾ ਤੇ ਇਹਦੇ ਵਿੱਚ ਝੋਨਾ ਲਾਉਣ ਦੇ ਵਿੱਚ ਵੀ ਪਾਣੀ ਕਹਿੰਦੇ ਵੀ ਥੱਲੋਂ ਕਹਿੰਦੇ ਵੀ ਡੇਰਾ ਘਟੀ ਜਾਂਦਾ ਡੇਰਾ ਘਟੀ ਜਾਂਦਾ ਪਰ ਮੈਂ ਨਾ ਇੱਕ ਗੱਲ ਕਹਾਂ ਵੀ ਜੇ ਤੇ ਰੱਬ ਨੂੰ ਮੰਨਦੇ ਜੀ ਜੇ ਤੇ ਇੱਥੇ ਜਿੰਨੇ ਵੀ ਬੰਦੇ ਬੈਠੇ ਰੱਬ ਨੂੰ ਮੰਨਣ ਵਾਲੇ ਜੀ ਤੇ ਕੁਦਰਤ ਦੀ ਬਿਨਾ ਪਤਾ ਨਹੀਂ ਹਿੱਲਦਾ ਤੇ ਉਹਦੇ ਬਿਨਾ ਵੀ ਪਾਣੀ ਕਿਵੇਂ ਘਟ ਜੂਗਾ ਮੈਨੂੰ ਤੇ ਸਮਝ ਨਹੀਂ ਆਉਂਦਾ ਜਿਹੜੇ ਆਸਾਂ ਲਾ ਕੇ ਬੈਠੇ ਨਾ ਵੀ ਉਹਨਾਂ ਵਾਲੇ ਜੋਗ ਚ ਆ ਚੀਜ਼ ਹੋ ਜੂਗੀ ਤੇ ਉਹਨਾਂ ਦੇ ਚਾਲ ਚੱਲ ਜੂਗਾ ਮੈਂ ਇੱਕ ਗੱਲ ਇਹ ਵੀ ਗੱਲ ਸੋਚ ਲੈਣਾ ਹੁਣ ਅਗੇ ਇਹ ਹੀ ਮੇਰੇ ਦਿਮਾਗ 'ਚ ਮੇਰਾ ਘੁੰਮ ਲੱਗ ਪੈਂਦਾ ਦਿਮਾਗ ਵੀ ਮੈਂ ਵੀ ਕਹਿਣਾ ਹੁਣ ਅਭੀ ਇਹ ਸੱਚ ਜੇ ਇਹ ਨਹੀਂ ਪਰ ਉਹ ਤੇ ਗੱਲ ਆਉਂਦੀ ਵੀ ਜੇ ਰੱਬ ਦੇ ਬਿਨਾ ਪਤਾ ਨਹੀਂ ਹਲਦਾ ਤੇ ਕੱਲ ਨੂੰ ਜੋ ਹੋਣਾ ਤੇ ਉਹ ਤੇ ਫਿਰ ਰੱਬ ਨੇ ਕਰਾ ਕੇ ਰਹਿਣਾ ਹੋ ਕੇ ਆਪਾਂ ਜੋ ਮਰਜ਼ੀ ਕਰ ਲਈਏ ਤੇ ਆਪਾਂ ਵੀਰੇ ਗੱਲ ਕਰੀਏ ਮੋਰਚੇ ਦੇ ਇਸ ਟਾਈਮ ਕਿਸਾਨ ਬੈਠੇ ਆ ਤੁਸੀਂ ਜਾ ਕੇ ਵੀ ਆਏ ਹੋ ਨਾ ਤੁਸੀਂ ਉੱਥੇ ਕਿੰਨੇ ਦਿਨ ਰਹਿ ਕੇ ਆਏ ਆਂ ਆਪਾਂ ਗੱਲ ਕਰੀਏ ਮੈਂ ਉੱਥੇ ਮੈਂ ਕਈ ਜਾਵਾਂ ਮੈਂ ਤੂੰ ਤਿੰਨ ਤੋਂ ਚਾਰ ਦਿਨ ਉੱਥੇ ਰਹਿ ਕੇ ਆ ਤਿੰਨ ਚਾਰ ਦਿਨ ਰਹਿਣ ਦੇ ਵਿੱਚ ਕਿਉਂ ਮੈਂ ਉੱਥੇ ਰਹਿਣ ਨੂੰ ਮੈਂ ਜ਼ਿਆਦਾ ਦਿਨ ਵੀ ਰਹਿ ਸਕਦਾ ਹਾਂ ਕੋਈ ਕਿਉਂਕਿ ਉੱਥੇ ਰਹਿਣ ਦਾ ਪ੍ਰਬੰਧ ਬੜਾ ਔਖਾ ਸਾਡਾ ਅੱਛਾ ਮੈਂ ਆਪ ਕਿਸੇ ਕੋਲੇ ਉੱਥੇ ਜਾ ਕੇ ਰਹਿ ਕੇ ਆਇਆ ਹਾਂ ਸਾ ਕੇ ਯਾਰ ਬਿੱਲੀ ਦੇ ਕੋਲੇ ਟਰਾਲੀ ਦੇ ਵਿੱਚ ਤੇ ਕੀ ਕੀ ਦਿੱਕਤਾਂ ਆਉਂਦੀਆਂ ਆਪਾਂ ਗੱਲ ਕਰੀ ਤਾਂ ਉੱਥੇ ਮੇਨ ਮੈਨੇਜਮੈਂਟ ਵੀ ਇਲੈਕਟ੍ਰਿਸਿਟੀ ਵੀ ਮਤਲਬ ਰਾਤ ਦੇ ਵੇਲੇ ਆਉਂਦੀ ਹੈ ਕਿਉਂਕਿ 5-6 ਵਜੇ ਆਉਂਦੀ ਹੈ ਤੇ ਸਵੇਰੇ 7:00 ਨੂੰ ਕੱਟ ਲੈਂਦੀ ਹੈ ਉਹ ਕਿਉਂ ਕਿਉਂਕਿ ਜਿਹੜੇ ਉੱਥੇ ਲਾਈਟਾਂ ਲੱਗੀਆਂ ਨੇ ਨਾ ਪੋਲ ਵਾਲੀਆਂ ਹਾਂਜੀ ਹਾਂਜੀ ਲੇਟਾਂ ਉਹ ਲੇਟਾਂ ਜਦੋਂ ਰਾਤ ਨੂੰ ਇਲੈਕਟ੍ਰਿਸਿਟੀ ਛੱਡਦੇ ਨੇ ਤੇ ਉਦੋਂ ਉਸ ਵੇਲੇ ਇਲੈਕਟ੍ਰਿਸਿਟੀ ਆਉਂਦੀ ਆ ਤੇ ਉਦੋਂ ਛੱਡ ਕੇ ਤੇ ਸਵੇਰੇ ਬੰਦ ਕਰ ਲੈਂਦੇ ਨੇ ਉਹ ਵਿੱਚ ਉਹਨਾਂ ਨੇ ਘੱਟ ਕਰ ਵੀ ਦਿੱਤੀ ਸੀ ਅੱਛਾ ਜੀ ਫਿਰ ਦਬਾ ਪੈਨ ਕਰ ਉਹਨਾਂ ਨੂੰ ਚਲਾਉਣੀ ਪਈ ਜਿੱਥੇ ਬੰਦੀਆਂ ਦੇ ਦਬਾਅ ਪਾਇਆ ਤੇ ਉਹਨਾਂ ਨੂੰ ਚਲਾਉਣੀ ਪਈ ਫਿਰ ਉਦੋਂ ਬਾਅਦ ਉੱਥੇ ਜਿਹੜੀ ਲਾਗੇਤ ਅੱਗੇ ਜਿਹੜੀ ਪੰਜਾਬ ਸਰਕਾਰ ਕਹਿੰਦੀ ਹੈ ਨਾ ਅਸੀਂ ਕਿਸਾਨਾਂ ਦੇ ਨਾਲ ਆ ਅਸੀਂ ਕਿਸਾਨਾਂ ਨੂੰ ਨਾਲ ਰੱਖ ਕੇ ਚੱਲ ਰਹੇ ਆ ਕਿਸਾਨਾਂ ਦੀ ਮੰਨ ਰਹੇ ਆ ਤੇ ਇਹਨਾਂ ਦੇ ਹੀ ਪੰਜਾਬ ਪੁਲਿਸ ਦੇ ਬੰਦੇ ਤੇ ਉਹ ਸਾਨੂੰ ਲਾਗੇਤ ਅੱਗੇ ਪਿੰਡਾਂ ਦੇ ਘਰਾਂ ਵਿੱਚ ਜਾਣ ਤੋਂ ਰੋ ਪੰਜਾਬ ਦੇ ਬੰਦੇ ਪੰਜਾਬ ਪੁਲਿਸ ਦੇ ਉੱਚਾ ਜੀ ਤੇ ਬੈਰੀਗੇਟਿੰਗ ਕਰਕੇ ਉਹ ਰੋਕੀ ਹੋਏ ਨੇ ਵੀ ਤੁਸੀਂ ਉਹਦਾ ਬਾਥਰੂਮ ਜਾਣੇ ਦੇਣਾ ਅੰਦਰ ਨਹੀਂ ਜਾਣਨਾ ਹੋਂਦੇ ਹਾਲਾਤ ਮੈਂ ਨਹੀਂ ਕੁਝ ਕਹਿ ਸਕਦਾ ਇਤੋਂ ਜਿਹੜੇ ਦਿਨ ਦੇ ਪਹਿਲਾਂ ਮੈਂ ਜਿੱਥੇ ਚ ਜਾ ਕੇ ਆਇਆ ਸਾਨੂੰ ਉਥੇ 2-3 ਕਿਲੋਮੀਟਰ ਪਿੱਛੇ ਜਾ ਕੇ ਉਹਨਾਂ ਚਲੋ ਸਾਡੇ ਕੋਲ ਉਥੇ ਆਪਦੀ ਬਾਈਕ ਸੀਗੀ ਸਾਰਾ ਕੁਝ ਸੰਦ ਬਗੜਾ ਸੀਗਾ ਤੇ ਉਥੇ ਜਾ ਕੇ ਅਸੀਂ ਆਪਦਾ ਨਹਾਉ ਨੂੰ ਆਏ ਕੋਈ ਚੱਕਰ ਨਹੀਂ ਸਾਨੂੰ ਦੋ ਤਿੰਨ ਦਿਨ ਨਹੀਂ ਨਹਾ ਕੇ ਆਏ ਤੇ ਪਰ ਜੇ ਉਥੇ ਬੰਦੇ ਜੇ ਕਹਿੰਨੇ ਤੁਰ ਕੇ ਜਾਣਾ ਕਿ ਲੋ 2 ਕਿਲੋਮੀਟਰ ਪਿੱਛੇ ਤੁਰ ਕੇ ਜਾਣਾ ਜਿੱਥੇ ਉਹ ਬੰਦੇ ਦੀ ਟੂਬਵੈਲ ਲੱਗੀ ਆ ਉੱਥੇ ਜਾ ਕੇ ਨਾਉਣਾ ਤੇ ਬੜਾ ਕਿੰਨਾ ਔਖਾ ਵਾ ਤੇ ਉਥੇ ਇਹ ਚੀਜ਼ਾਂ ਨੂੰ ਸਰਕਾਰ ਨੂੰ ਵੀ ਚਾਹੀਦਾ ਵਾ ਥੋੜਾ ਬਹੁਤਾ ਸੋਚੇ ਤੇ ਜੇ ਹੁਣ ਮੰਨ ਕੇ ਚਲੋ ਸ਼ੁਰੂ ਕਰਨ ਦੀ ਕਹਿੰਦੇ ਵੀ ਉੱਥੇ ਖਨੋਰੀ ਬਾਰਡਰ ਤੇ ਜਿਵੇਂ ਗੋਲੀ ਮਾਰਤੀ ਮੁੰਡਾ ਚੱਕ ਕੇ ਲੈ ਕੇ ਪ੍ਰਿੰਤਪਾਲ ਹਮ ਉਹਦੇ ਲਤਾ ਮਾਂ ਤੋੜਦੀਆਂ ਜੇ ਉਥੇ ਆਪਣੀ ਪੰਜਾਬ ਪੁਲਿਸ ਹੁੰਦੀ ਆਪਣੀ ਸੇਫਟੀ ਲਈ ਤੇ ਉਥੇ ਕਿਉਂ ਨਹੀਂ ਅੱਗੇ ਪੰਜਾਬ ਪੁਲਿਸ ਲਾਉਂਦਾ ਵੀ ਜਿਉ ਨੂੰ ਆ ਲੱਗੇ ਵੀ ਮਾਹੌਲ ਵਿਗੜਨਦਿਆ ਵਾ ਤੂੰ ਕਿਉਂ ਨਹੀਂ ਕੰਟਰੋਲ ਕਰਵਾ ਸਕਦਾ ਆਪਦੀ ਪੰਜਾਬ ਪੁਲਿਸ ਲਾ ਕੇ ਹੈ ਤੇ ਕੰਸਟਰੇਟਰ ਆਪਣੀ ਹੈ ਨਾ ਉਹ ਆਪਣਾ ਏਰੀਆ ਵਾ ਆਪਣਾ ਦੈਰਾ ਵਾ ਵੀ ਉੱਥੇ ਪੰਜਾਬ ਪੁਲਿਸ ਦੇ ਅੱਗੇ ਬੰਦੇ ਤਨਾਇਤ ਕਰੇ ਉਦੋਂ ਸਿਕਿਉਰਿਟੀ ਕਿੱਥੇ ਜਾਂਦੀ ਹੈ ਇਹਨਾਂ ਦੀ ਵੀ ਉਹ ਆਪਣੇ ਕਿਸਾਨਾਂ ਨੂੰ ਸਿਕਿਉਰਿਟੀ ਦਵਾਵੇ ਫਿਰ ਆਪਣੇ ਕਿਸਾਨਾਂ ਲਈ ਰੱਖਿਆ ਕਰੇ ਜਿਤੋਂ ਹੋ ਸਕੇ ਨਾ ਹੈ ਤੇ ਨਾਗਰਿਕ ਪੰਜਾਬ ਦੇ ਅਸੀਂ ਚੋਂ ਦੇ ਰੱਖਿਆ ਕਰੇ ਜੇ ਉਹ ਇੱਧਰ ਨੂੰ ਆਉਂਦੇ ਨੇ ਉਹ ਉੱਥੇ ਕੋਈ ਹੈ ਹੀ ਨਹੀਂ ਸੀਗਾ ਨਾ ਉੱਥੇ ਕੋਈ ਆਗੂ ਸੀਗਾ ਨਾ ਉੱਥੇ ਕੋਈ ਲੈਣਾ ਦੇਣਾ ਤੇ ਉੱਥੇ ਉਹ ਧੱਕੇ ਨਾਲ ਵੜ ਕੇ ਆਗੇ ਉਹਨਾਂ ਨੇ ਇਹਨਾਂ ਨੂੰ ਕੁਝ ਕਰਤਾ ਜੇ ਉੱਥੇ ਆਗੂ ਹੁੰਦੇ ਸੰਭਲ ਜਾਂਦਾ ਕੰਮ ਬਾਅਦ ਚ ਉਹ ਕਹਿੰਦੇ ਆਗੂ ਆ ਗਏ ਹੀ ਉਹਨਾਂ ਨੇ ਕੰਮ ਸੰਭਾਲ ਲਿਆ ਪਰ ਜੇ ਉੱਥੇ ਮੈਂ ਕਹਿੰਦਾ ਵੀ ਪੰਜਾਬ ਪੁਲਿਸ ਲੱਗ ਜਾਂਦੀ ਤੇ ਉੱਥੇ ਹੁੰਦੀ ਤੇ ਚੀਜ਼ਾਂ ਹੋਣੀਆਂ ਨਹੀਂ ਸੀ ਉਹਨਾਂ ਨੇ ਕਿਸਾਨਾਂ ਦਾ ਝੰਡਾ ਆਣ ਕੇ ਪਾੜਿਆ ਵੀ ਪੱਟ ਤੇ ਥਾਪੀਆਂ ਵੀ ਮਾਰੀਆਂ ਉਹਨਾਂ ਦੇ ਪੁਲਿਸ ਵਾਲੇ ਹਰਿਆਣਾ ਪੁਲਿਸ ਵਾਲੇ ਆਣੇ ਨੇ ਵੀ ਆ ਤਾਂ ਲੈ ਝੰਡਾ ਪਾੜ ਕੇ ਚੱਲੇ ਆ ਕਰ ਲੋ ਜੋ ਕਰਨਾ ਤੇ ਉੱਥੇ ਕੀ ਕਰ ਸਕਿਆ ਕੁਝ ਵੀ ਨਹੀਂ ਪਰ ਆਪਾਂ ਗੱਲ ਕਰੀਏ ਨਾ ਕਿਸਾਨ ਉੱਥੇ ਬੈਠੇ ਆ ਕੀ ਕਿਸਾਨ ਸੱਚੇ ਬੈਠੇ ਆ ਮੇਨ ਗੱਲ ਤਾਂ ਇੱਥੇ ਹੁੰਦੀ ਆ ਵੇਖੋ ਚਲੋ ਕਿਸਾਨ ਸੱਚੇ ਆਪਾਂ ਕਹਿ ਲਈਏ ਵੀ ਇਹਨਾਂ ਚਲੋ ਮੈਨੂੰ ਪਤਾ ਵੀ ਮੈਂ ਇੱਕ ਜੋਬ ਤੇ ਜਾਣਾ ਵਾ 9 ਤੋਂ 10 ਦੀ ਡਿਊਟੀ ਤੇ ਜਾਣਾ ਵੀ ਮੈਨੂੰ ਪਤਾ ਵੀ ਮੈਨੂੰ 10000 ਰੁਪਏ ਮਹੀਨਾ ਹੋਣਾ ਬਿਲਕੁਲ ਤੇ ਕਿਸਾਨਾਂ ਨੂੰ ਵੀ ਇਹ ਚਾਹੀਦਾ ਵਾ ਵੀ ਹਾਂ ਉਹਨਾਂ ਨੇ 6 ਮਹੀਨੇ ਮਿਹਨਤ ਕੀਤੀ ਹੈ ਤੇ ਉਹਨਾਂ ਨੂੰ ਪਤਾ ਹੋਵੇ ਯਾਰ ਮੈਂ ਇੰਨਾ ਮੇਰੇ ਕੋਲੇ ਆ ਜਾਣਾ ਵੀ ਮੈਨੂੰ ਪਤਾ ਵੀ ਮੇਰਾ ਇਨਾ ਕੋ ਹਸਤਾਬ ਹੋ ਜਾਣਾ ਮੇਰਾ ਨਿਬੜ ਜਾਣਾ ਵਾ ਮੇਰਾ ਠੇਕਾ ਵੀ ਦਿੱਤਾ ਜਾਣਾ ਵਾ ਮੇਰੀ ਅਗਾਉ ਫਸਲ ਦੀ ਵੀ ਮੈਨੂੰ ਮੇਰੇ ਕੋ ਪੈਸੇ ਬਚ ਜਾਣੇ ਆ ਉਹਨੂੰ ਬੀਜਣ ਵਾਸਤੇ ਬੀਜ ਲਿਆਉਣ ਵਾਸਤੇ ਖਾਦ ਲਿਆਉਣ ਵਾਸਤੇ ਸਪਰੇਅ ਲਿਆਉਣ ਵਾਸਤੇ ਇਨਾ ਚੁ ਕੁਝ ਕਰਨ ਵਾਸਤੇ ਫਿਰ ਉਹਨੂੰ ਪਤਾ ਹੋਵੇ ਵੀ ਮੈਂ ਆਪਦੇ ਘਰ ਖਰਚ ਲਈ ਵੀ ਮੇਰੇ ਕੋਲ ਇਨੇ ਪੈਸੇ ਆ ਜਾਣੇ ਮੇਰੀ ਸੇਵਿੰਗ ਰਹਿ ਜਣੀ ਮੇਰੇ ਲਈ 6 ਮਹੀਨੇ ਵਧੀਆ ਆਰਾਮ ਨਾਲ ਕੱਟੇ ਜਾਣੇ ਆ ਤੇ ਆਪਾਂ ਐਡ ਪ੍ਰੈਜ਼ੈਂਟ ਗੱਲ ਕਰੀਏ ਕਿਸਾ ਹਮਨ ਕਿਸਾਨਾਂ ਨੂੰ ਪੈਸੇ ਮਿਲਦੇ ਆ ਕਣਕ ਦੇ ਕਿਸਾਨਾਂ ਦੀ ਸਭ ਤੋਂ ਵੱਡੀ ਗੱਲ ਤੇ ਪਹਿਲੀ ਤੇ ਆਪਾਂ ਐਮਐਸਪੀ ਦੀ ਗੱਲ ਕੀਤੀ ਹੈ ਨਾ ਵੀ ਆਪਾਂ ਨੂੰ ਐਮਐਸਪੀ ਜੇ ਮਿਲ ਜੇ ਇੱਕ ਆਪਾਂ ਨੂੰ ਦੈਰਾ ਮਿਲ ਜੇ ਵੀ ਹਾਂ ਵੀ ਇੰਨੇ ਕੋ ਹੋ ਜੇ ਵੀ ਆਪਾਂ ਨੂੰ ਇੰਨੇ ਪੈਸੇ ਆ ਜਾਣ ਹੁਣ ਤੇ ਹੈ ਮੰਡੀ ਕਰਨ ਮੰਡੀ ਦੇ ਵਿੱਚ ਜਾ ਕੇ ਆਪਾਂ ਜਾ ਕੇ ਆੜਤੀਆਂ ਨੂੰ ਜਾ ਕੇ ਆਪਾਂ ਮੰਨ ਕੇ ਜੋ ਫਸਲ ਵੇਚਦੇ ਆ ਆਪਾਂ ਤੇ ਆਪਣੇ ਜਿਹੜੀ ਫਸਲ ਕਿਨੇ ਮੰਨ ਹੋਈ ਮੰਨ ਦੇ ਹਿਸਾਬ ਨਾਲ ਵੀ ਕਰਕੇ ਕਰ ਸਾਰਾ ਕੁਝ ਤੇ ਉਹ ਸਾਹਮਣੇ ਪੈਸੇ ਦੇ ਦਿੰਦੇ ਨੇ ਤੇ ਕਈ ਜਾ ਕੇ ਵੀ ਜਿਵੇਂ ਡਿਜੀਟਲ ਮਾਰਕੀਟਿੰਗ ਆਈ ਦੀ ਚੱਲ ਪਈ ਆ ਪਿਛਲੇ ਜੋ ਲੈਕਚਰ ਹੋਏ ਹੀ ਆਪਣਾ ਮੋਰਚਾ ਆਇਆ ਸੀ ਉਦੋਂ ਉਹਨਾਂ ਨੇ ਆ ਮੋਦੀ ਅੰਡਾਨੀ ਦੇ ਪੂਰੇ ਛੱਲਰਾਂ ਤੇ ਜਾ ਕੇ ਮੂਰੇ ਵੀ ਪੂਰੇ ਧਰਨੇ ਲਾਏ ਹੀ ਪੂਰੇ ਰਾਜ ਗੱਜ-ਵੱਜ ਕੇ ਲਾਏ ਹੀ ਪਰ ਜਿਹੜੇ ਕਿਸਾਨਾਂ ਨੇ ਬਾਅਦ ਚ ਉਹੀ ਮੋਦੀ ਦੇ ਛੱਲਰਾਂ ਮੂਰੇ ਜਾ ਕੇ ਨਾ ਉਹ ਮਤਲਬ ਵਤ ਦਿੱਤਾ ਹੀ ਤੇ ਟਰਾਲੀਆਂ ਲਾ ਆ ਕੇ ਤੇ ਉੱਥੇ ਆਪਣੀ ਫਸਲ ਵੀ ਠੀਕ ਹੈ ਉਹ ਤੇ ਉਹ ਜੇ ਮੰਨ ਕੇ ਜੋ ਆਮ 1860 ਰੁਪਏ ਜੋ ਉੱਥੇ ਜਾ ਕੇ ਉਹਨਾਂ ਕੋਈ 2100 ਦਿੱਤਾ ਹੋਏ ਇਹ ਰੇਟ ਦਿੱਤਾ ਹੋ। ਆ ਜੇ ਜਾ ਕਰਕੇ ਕਈ ਵਾਰੀ ਆਪਾਂ ਮੀਂਹ ਆਪਾਂ ਬੇਸਿਕ ਨੀਡਸ ਕਰਕੇ ਗਲਤ ਵੀ ਹੋ ਜਾਂਦੇ ਆ ਤੇ ਕਦੇ ਕਦੇ ਆਪਾਂ ਸਹੀ ਵੀ ਹੁੰਦੇ ਆ। ਸੋ ਪਾ ਗੱਲ ਕਰੀ ਬੇਸਿਕਲੀ ਇਕਤਾ ਦਾ ਕਿਤੇ ਰਹਿ ਹੀ ਨਹੀਂ ਕਿਸਾਨ ਮਜ਼ਦੂਰ ਇਕਤਾ ਦੀ ਗੱਲ ਕਰੀਏ ਆਪਾਂ ਇਹਦੇ ਵਿੱਚ ਇਕਤਾ ਤਾਂ ਹੈ ਹੀ ਨਹੀਂ ਕਿਤੇ ਵੀ ਇਹਨਾਂ ਨੇ ਬਣਾਤਾ ਵਾ ਸੰਯੁਕਤ ਕਿਸਾਨ ਮੋਰਚਾ ਐਸਕੇਐਮ ਵਿੱਚੋਂ ਤੇ ਮਜ਼ਦੂਰ ਘੱਟ ਹੀ ਦਿੱਤਾ ਐਸਕੇਐਮ ਐਸ ਸੰਯੁਕਤ ਕਿਸਾਨ ਮੋਰਚਾ ਤੇ ਪਹਿਲਾਂ ਸੀਗਾ ਕਿਸਾਨ ਸੰਘਰਸ਼ ਮਜ਼ਦੂਰ ਇਕਤਾ ਨਾ ਤੇ ਇਹਦੇ ਵਿੱਚ ਮਜ਼ਦੂਰਾਂ ਦੀ ਗੱਲ ਉਦੋਂ ਹੁੰਦੀ ਆ ਵੀ ਜਦੋਂ ਬੰਦੇ ਨੇ ਲੜਨਾ ਪੜਨਾ ਹੋਵੇ ਮੈਂ ਕਿਉਂ ਮੈਂ ਜਦੋਂ ਤੱਕ ਹੀ ਵੇਖੇ ਨੂੰ ਅੱਜ ਤੱਕ ਛਿਦੀਆਂ ਪਾਈਆਂ ਕਿੱਲੇ ਦੋ ਕਿੱਲੇ ਨਾਲ ਪਾਈਆਂ ਯਾਰ ਛਿਦੀਆਂ ਇਹਨਾਂ ਕਿਲਾ ਵਾਜਿੰਦਾ ਅੱਧਾ ਕਿਲਾ ਕਿਉਂ ਨਹੀਂ ਅੱਗੇ ਦਿਖਿਆ ਜਦੋਂ ਕੋਈ ਕੁਛ ਦਪੈਂਦੀ ਸੀ ਜਾਂ ਕੋਈ ਡੰਡੇ ਚੱਲਦੇ ਸੀ ਗੋਲੀਆਂ ਚੱਲਦੀਆਂ ਸੀ ਹਾਂ ਉਹੀ ਮੈਂ ਗੱਲ ਕਰ ਰਿਹਾ ਸੀ ਮੈਂ ਅੱਜ ਤੱਕ ਜਿੰਨੀਆਂ ਸ਼ਿਧੀਆਂਆਂ ਵੇਖਿਆ ਨਾ ਮੈਂ ਕਿੱਲੇ ਦੂ ਕਿਲੇ ਲੈਂਦੇ ਹੋਇਆਂ ਵੇਖਿਆ ਉਥੇ ਵੀ ਬੰਦੇ ਕੋ ਕਿਲਾ ਹੀ ਬੰਦੇ ਕੋ ਦੂ ਕਿਲੇ ਹੀ ਬਸ ਅੱਧਾ ਕਿਲਾ ਹੀ ਕਿ ਗੁਲ ਜ਼ਮੀਨ ਹੀ ਨਹੀਂ ਉਹਨਾਂ ਦੀ ਜੀ ਦਿਹਾਈਆਂ ਵੀ ਵੱਡੇ ਮੈਂ ਕਿਹਾ ਆਗੂਕਾਰ ਵੱਡਿਆਂ ਖੇਤਿਆਂ ਪੁੰਝਿਆਂ ਵਾਲੇ ਕੋਈ 50 ਕਿਲੇ ਵਾਲਾ ਮਾਲਕ ਹੋਵੇ ਉਹਦੇ ਗੋਲੀਆਂ ਚੱਲੀਆਂ ਹੋਣ ਕਿਉਂ ਨਹੀਂ ਅੱਗੇ ਹੋਏ ਅੱਗੇ ਮੈਨੂੰ ਇਹ ਸਮਝ ਨਹੀਂ ਆਈ ਵੀ ਕਿਉਂ ਵੀ ਮਜ਼ਦੂਰ ਹੀ ਕਿਉਂ ਅੱਗੇ ਜਿਹੜਾ ਬੰਦਾ ਆਪਦਾ ਮਜ਼ਦੂਰੀ ਕਰਕੇ ਆਪਦੀ ਕੀ ਕਰਦੇ ਨੇ ਪਰ ਇੱਥੇ ਹੁਣ ਲੋਕਲ ਦੇ ਜਿਹੜੇ ਮਜ਼ਦੂਰ ਹੋਣ ਵਾਲੇ ਨੇ ਹੁਣ ਜਿਵੇਂ ਮਜ਼ਦੂਰ ਜਿਵੇਂ ਅਗਲਾ ਕਹਿੰਦਾ ਯਾਰ ਮੰਨ ਕੇ ਚੱਲੋ ਮੈਂ ਝੋਨੇ ਦੀ ਲਵਾਈ ਮੈਂ ਆਪਦੀ ਇੱਕ ਪੱਕੀ ਕਰਨੀ ਆ ਮਜ਼ਦੂਰ ਨੇ ਤੇ ਉਹ ਵੀ ਪੱਕੀ ਨਹੀਂ ਗਈ ਉਹਨੂੰ ਉਹ ਵੀ ਪਰ ਜਿਹੜਾ ਰੇਟ ਬੰਦਿਆ ਜਾਊਗਾ ਉਹੀ ਰੇਟ ਤੇ ਉਹ ਲਵਾਈ ਜਾਊਗੀ ਕਿਉਂਕਿ ਕਹਿੰਦੇ ਨੇ ਬਸ ਇਹ ਹੀ ਮੰਨ ਕੇ ਚਲੋ ਪਿੰਡ ਵਾਲੇ ਜਿਵੇਂ ਪਾਰਟੀ ਫੜ ਕੇ ਇੱਕ ਕਮੇਟੀ ਬਣਾ ਲਈ ਆ ਕਮੇਟੀ ਬਣਾ ਕੇ ਕਮੇਟੀ ਰੇਟ ਬੰਦ ਦਿੰਦੀ ਆ ਜਾਂ ਕਿਸਾਨ ਮੋਰਚੇ ਵਾਲੇ ਜਿਹੜੇ ਆਪਣੇ ਉੱਚੇ ਲੈਵਲ ਦੇ ਬੰਦੇ ਨੇ ਉਹ ਕਰ ਸਕਦੇ ਨੇ ਕੁੱਲ ਮਿਲਾ ਕੇ ਵੀ ਧੱਕਾ ਹੀ ਕਰ ਰਹੇ ਨੇ ਲੇਬਰ ਨਾਲ ਧੱਕਾ ਤੇ ਹੁੰਦਾ ਹੀ ਆ ਬਾਈ ਧੱਕਾ ਤੇ ਹਰ ਵਰਗ ਨਾਲ ਹੋ ਰਿਹਾ ਵਾ ਧੱਕਾ ਕਿਹੜੇ ਵਰਗ ਨਾਲ ਨਹੀਂ ਹੋ ਰਿਹਾ ਧੱਕਾ ਆਪਾਂ ਕਹਿ ਦਈਏ ਵੀ ਮੰਨ ਕੇ ਚੱਲੋ ਉਹ ਉਥੇ ਹੁਣ ਕਿਸਾਨ ਬੈਠੇ ਨੇ ਕਿਸਾਨਾਂ ਨੇ ਆਪਦੀਆਂ ਮੰਗਾਂ ਮੰਗਾ ਲੀਆਂ ਜਿਹੜਾ ਵਪਾਰੀ ਆ ਹੁਣ ਵਪਾਰੀ ਵੀ ਆਪਦੇ ਮੰਗਾਂ ਲੈ ਕੇ ਬੈਠਾ ਵਾ ਵਪਾਰੀ ਮੰਡਲ ਵਾਲਾ ਵੀ ਕਹਿੰਦਾ ਵਈ ਯਾਰ ਸਾਈ ਇਹਦੇ ਹੋਣਾ ਐ ਨਹੀਂ ਸਾਨੂੰ ਵੀ ਆਏ ਚਾਹੀਦਾ ਵਾ ਸਾਡੇ ਵੀ ਲੋਨ ਹੈ ਸਾਡੇ ਸਿਰ ਤੇ ਉਹ ਵੀ ਸਾਡੇ ਵੀ ਫਿਰ ਮਾਫ ਕਰੋ ਅਸੀਂ ਵੀ ਫਿਰ ਆਪਾਂ ਕਿਤੇ ਮੈਂ ਉਹ ਵੀ ਮੁੱਦੇ ਤੇ ਆਪਾਂ ਆ ਜੀਏ ਕਰਜ਼ੇ ਮਾਫਤੇ ਆਪਾਂ ਆ ਜੀਏ ਨਾ ਕਿਸਾਨ ਭਾਲ ਕਹਿੰਦੇ ਨੇ ਕਿ ਸਾਡੇ ਕਰਜ਼ੇ ਵੀ ਮਾਫ ਹੋ ਜਾਣ ਕਰਜ਼ੇ ਵੀ ਮਾਫ ਹੋਣ ਤੇ ਕਰਜ਼ੇ ਹਿੰਮਟਾਂ ਸਰ ਤੇ ਵੀ ਕਹੀ ਨੇ ਤੇ ਕੋਈ ਫਿਰ ਵੱਡੀਆਂ ਵੱਡੀਆਂ ਗੱਡੀਆਂ ਕਰਕੇ ਵੀ ਗਈ ਨੇ ਜੇ ਇਤਨੀ ਬੜੀ ਗਾਡੀ ਮੈਂ ਆਤੇ ਕਹਾਂ ਸੇ ਹਮੇ ਵੀ ਜੇ ਗਾਡੀ ਚਾਹੀਏ ਉਹ ਹਿੰਦੀ ਲਗ ਕੇ ਨੇ ਨੇ ਨਾ ਵੀ ਅਗਰ ਜੇ ਗਾਡੀ ਕਾਂ ਸੇ ਮਿਲਦੀ ਹੈ ਤਾਂ ਹਮੇ ਵੀ ਜੇ ਬੜੀ ਗਾਡੀ ਚਾਹੀਏ ਹਮ ਵੀ ਲੈ ਕੇ ਦੋ ਚੀਜ਼ਾਂ ਨੇ ਹਨਾ ਇਹ ਇੱਕ ਤਾਂ ਕਹਿੰਦੇ ਨੇ ਕਿ ਕਿਸਾਨ ਵੱਡੀ ਗੱਡੀ ਕਿਉਂ ਨਹੀਂ ਲੈ ਸਕਦਾ ਲੈ ਸਕਦੇ ਜਰੂਰ ਲੈ ਸਕਦੇ ਜਰੂਰ ਮਿਹਨਤ ਕੀਤੀ ਬੰਦੇ ਨੇ ਜੋਗਰ ਜੀ ਦੇ ਮੈਂ ਤਾਂ ਤੇ ਸਦਕਾ ਸਭ ਕੁਝ ਮਿਲਦਾ ਵਾ ਉਹਨਾਂ ਆਪਦੀ ਬੀਜ ਮੰਨ ਕੇ ਚਲੋ ਹੁਣ ਮੈਂ ਮਿਹਨਤ ਕੀਤੀ ਵੀ ਮੇਰੇ ਦਾਦੇ ਪਰਦਾਦੇ ਨੇ ਪਹਿਲੀ ਜ਼ਾਂਬੀ ਤੂੰ ਪਹਿਲੀ ਸਾਂਭੀ ਦੇ ਨਾਲ ਜੇ ਕੱਲ ਨੂੰ ਮੇਰੀ ਹਾਈਵੇ ਦੇ ਵਿੱਚ ਵੀ ਆ ਗਈ ਤੇ ਮੈਨੂੰ ਜੇ ਦੁਗਣਾ ਰੇਟ ਵੀ ਮਿਲ ਗਿਆ ਤੇ ਮੈਂ ਵੱਡੀ ਸ਼ਾਂਤ ਠੜਬੜ ਦਾ ਵੀ ਰਹਿਣ ਲੱਗ ਪੈ ਦਿੰਦੀ ਕੋਈ ਛੱਕਾ ਵਾਲੀ ਹਰਜ ਵਾਲੀ ਕੋਈ ਗੱਲ ਤੇ ਨਹੀਂ ਨਾ ਪਰ ਜਿਹੜੇ ਹਿੰਦੂ ਧਰਮ ਦੇ ਲੋਕ ਹੈ ਨਾ ਜਾਂ ਹਿੰਦੂ ਮਾਤਰਾਂ ਜਿਹੜਾ ਮੋਦੀ ਭਗਤ ਨੇ ਜਿਹੜੇ ਉਹ ਕਹਿੰਦੇ ਨੇ ਕਿਸਾਨ ਨਹੀਂ ਗਏ ਤੇ ਮੁੱਦੇ ਭੜਕਾਉਣ ਵਾਲੇ ਨੇ ਇਹ ਆਏ ਉਹ ਕਰਨ ਵਾਲੇ ਨੇ ਉਹਨਾਂ ਨੂੰ ਇੱਕ ਗੱਲ ਸਿੱਧੀ ਸਪਸ਼ਟ ਤੌਰ ਤੇ ਆਪਾਂ ਸਿੱਧੀ ਕਹਿ ਦਈਏ ਵੀ ਜੇ ਤੁਸੀਂ ਮਿਹਨਤ ਕਰੋਗੇ ਚਿਕਾ ਨੂੰ ਤੁਸੀਂ ਮਿਹਨਤ ਕਰਕੇ ਹੁਣ ਤੁਹਾਡੇ ਯੂਟਿਊਬਰ ਵੀ ਨੇ ਅਲਵੀ ਯਾਦਵ ਵਰਗੇ ਨੇ ਨੇ ਤਗੜੇ ਤਗੜੇ ਜਿਹੜੇ ਕਿਸਾਨਾਂ ਖਿਲਾਫ ਹੀ ਬੋਲਦੇ ਰਹਿੰਨੇ ਪਹਿਲਾਂ ਤੇ ਉਹ ਜੇ ਉਹ ਵੀਡੀਓ ਜਿਹੜੀਆਂ ਵਡੀਆਂ ਪੋਰਸ਼ ਗੱਡੀਆਂ ਦੇ ਵਿੱਚ ਜੇ ਘੁੰਮ ਸਕਦੇ ਨੇ ਤੇ ਸਾਡੇ ਕਿਸਾਨਾਂ ਨੂੰ ਕੀ ਹੋਇਆ ਸਾਡੇ ਕਿਸਾਨ ਨਹੀਂ ਆ ਸਕਦੇ ਬਿਲਕੁਲ ਆ ਸਰ ਸਾਡੇ ਕਿਸਾਨ ਕਿ ਸਾਡੇ ਕਿਸਾਨ ਇੱਥੇ ਯੂਟਿਊਬਰ ਨਹੀਂ ਬਣ ਸਕਦੇ ਕਿ ਸਾਡੇ ਕਿਸਾਨ ਇੱਥੇ ਮਾਨ ਕੇ ਨਾ ਸੋਸ਼ਲ ਮੀਡੀਆ ਤੇ ਨਹੀਂ ਆ ਸਕਦੇ ਜੀ ਕੀ ਕਿਸਾਨ ਸਾਡੇ ਵੀ ਨਾ ਪਰ ਗੱਲ ਉੱਤੀ ਆ ਗਈ ਨਾ ਕਿ ਕਰਜ਼ੇ ਮਾਫ਼ ਦੀ ਜੀ ਆਪਾਂ ਗੱਲ ਕਰੀ ਹੈ ਹਨਾ ਤੇ ਜਿਹੜੇ ਬਿਜ਼ਨਸਮੈਨ ਨੇ ਜਾਂ ਆਪਾਂ ਚੀ ਦੀ ਮਰਜ਼ੀ ਗੱਲ ਕਰੇ ਉਹ ਤਾਂ ਨਹੀਂ ਨਾ ਕਹਿ ਰਹੇ ਸਾਡੇ ਕਰਜ਼ੇ ਮਾਫ਼ ਕਰੋ ਕਿਸਾਨ ਹੀ ਕਿਉਂ ਕਹਿ ਰਿਹਾ ਕਰਜ਼ੇ ਮਾਫ਼ ਕਰੋ ਕਰਜ਼ਾ ਮਾਫ਼ ਨਾ ਆਪਾਂ ਕਹਿ ਦਈਏ ਵੀ ਕਰਜ਼ੇ ਮਾਫ਼ ਵੀ ਜੇ ਹੁਣ ਹੋਣਗੇ ਨਾ ਕੋਈ ਦਰ ਦਰ ਸੰਬੰਧੀ ਹੋਣਗੇ ਕਿ ਕੋਈ ਹਾਰੇ ਕਦੇ ਇੱਕ ਪਾਸੋਂ ਨਹੀਂ ਹੋ ਜਾਣੇ ਵੀ ਕਹਿ ਦਈਏ ਵੀ ਸਾਰਿਆਂ ਦੇ ਲਾਲ ਲੇਖ ਵਾਜੂ ਕੀਤੇ ਨਹੀਂ ਮੱਚ ਸਕਦੀ ਉਹ ਵੀ ਬੜਾ ਖੇਤਰਪਲੋਂ ਦੇ ਜੇ ਚਾਹੀਦਾ ਵਾ ਹੁਣ ਮੰਨ ਕੇ ਚੱਲੋ ਵੀ ਇਹ ਪਿਛਲੇ ਰੀ ਜਦੋਂ ਉਹ ਇਹੀ ਕਰਜੇ ਮਾਫ ਉਹ ਚੁਕਈਆਂ ਦੇ ਲਿੰਟਾਂ ਦੇ ਉਹ ਇਹੀ ਕਈਆਂ ਦੇ ਸਰਕਾਰੀ ਮੰਗਾਂ ਦੇ ਨਹੀਂ ਹੋਈ ਸੀਗੇ ਤੇ ਇਹਨਾਂ ਨੂੰ ਜੇ ਜੇ ਚਾਹੀਦਾ ਵਾ ਜੇ ਕਰਜੇ ਹੁਣ ਇਹ ਇਹਨਾਂ ਨੂੰ ਇੱਕ ਨਾ ਫੀਲਡ ਚਾਹੀਦਾ ਵੀ ਉਹਦੇ ਚ ਚੈੱਕ ਕਰਨ ਵੀ ਉਹ ਕਰਜਾ ਚੱਕਿਆ ਕਿਸ ਚੀਜ਼ ਤੇ ਆ ਇਹ ਬਹੁਤ ਵੱਡਾ ਮੁੱਦਾ ਵਾ ਇਹ ਚੀਜ਼ ਤੇ ਲਾਇਆ ਕਿਸ ਚੀਜ਼ ਤੇ ਗਿਆ ਉਹ ਕਰਜਾ ਕਰਜਾ ਵੇਖੋ ਕਰਜਾ ਮੈਂ ਚੱਕਦਾ ਮਾਂ ਵੀ ਮੇਰੀ ਫਸਲ ਹੋਈ ਸੀ ਵੀ ਮੈਂ ਮੰਨ ਕੇ ਚੱਲੋ ਵੀ 50 60 ਇਕਲਾ ਬੀਜਿਆ ਮੈਨੂੰ 60 70 ਹਜ਼ਾਰ ਦੀ ਫਸਲ ਹੋਈ ਪਰ ਮੇਰੇ ਆਉਂਦੇ ਜੋ ਠੇਕਾ ਚੱਲ ਗਿਆ 40 ਹਜ਼ਾਰ ਮੇਰਾ ਠੇਕਾ ਚੱਲ ਗਿਆ ਦਾ ਕੀ ਯਾਰ ਮੇਰਾ ਲੇਬਰ ਦੂਰ ਤੇ ਚੱਲ ਗਿਆ ਮੇਰੀ ਸਾਦੇ ਪੂਤਾ ਫਰਦਾਤੇ ਚੱਲ ਗਏ ਤੇ ਮੈਨੂੰ ਪੈਂਦਾ 10000 ਰੁਪਏ ਬਚਿਆ ਤੇ ਮੇਰੇ ਘਰ ਦਾ ਗੁਜ਼ਾਰਾ ਨਹੀਂ ਹੋਇਆ ਤੇ ਮੈਨੂੰ ਉਹ ਲੈਣਾ ਪਿਆ ਆਰਤੀ ਉਹ ਵੀ ਲੈਣਾ ਪਿਆ ਜਾਂ ਬੈਂਕ ਤੋਂ ਵੀ ਲਿਮਟ ਤੋਂ ਵੀ ਲੈਣਾ ਪਿਆ ਉਹ ਤੇ ਚਲੋ ਇੱਕ ਮਜਬੂਰੀ ਆ ਬੰਦੇ ਦੀ ਉਹ ਮਜਬੂਰੀ ਆ ਗਈ ਉਹ ਬੇਸਿਕ ਨੀਡਸ ਆ ਗਈ ਉਹ ਤਾਂ ਚਾਫ ਹੋਣਾ ਚਾਹੀਦਾ ਵਾ ਪਰ ਆਪਾਂ ਕਹਿ ਦਈਏ ਵੀ ਲਿਮਟ ਚਾਕੇ ਵੀ ਮੈਂ ਲੈ ਆਵਾ ਫੋਰਚੂਨਰ ਜਾਂ ਮੈਂ ਉਹ ਚੀਜ਼ ਲੈ ਆਵਾ ਜਾਂ ਮੈਂ ਘਰ ਪਾਲਾਂ ਮੈਂ ਆਪਦੇ ਘਰ ਦਾ ਵਿਆਹ ਕਰਾਂ 10 ਲੱਖ 20 ਲੱਖ ਲਾ ਕੇ ਲੱਖੇ ਚ ਪਤਾ ਲੱਗ ਜੇ ਵੀ ਬਣਾਣੇ ਬੰਦੇ ਨੇ ਵਿਆਹ ਕੀਤਾ ਮੈਂ ਬੁਲਾਣਾ ਸਿੰਗਰ ਆਇਆ ਹੀ ਉਹ ਲਿਮਟ ਚਾਕੇ ਜਾਂ ਆ ਕਰ ਉਹ ਚੀਜ਼ਾਂ ਨਹੀਂ ਹੋ ਸਕਦੀਆਂ ਫਿਰ ਉਹ ਚੀਜ਼ਾਂ ਕਰੋ ਹੀ ਨਾ ਦਿਨੋ ਚੰਗੀਆਂ ਆਪਾਂ ਤੇ ਕਹਿੰਦੇ ਚੋਹੀ ਗੱਲ ਆ ਨਾ ਜਿਵੇਂ ਹੁਣ ਬੇਸਿਕਲੀ ਸਾਰੇ ਜੱਟ ਹੀ ਕਿਸਾਨ ਨੇ ਹਨਾ ਤੇ ਜਾਇ ਤਾਂ ਲੋਕਾਂ ਦੀ ਨਿਗਾ ਚ ਇੰਨੇ ਆਏ ਹੋਏ ਨੇ ਕਿਉਂਕਿ ਸਿੰਗਰ ਵੀ ਇਹੀ ਗੱਲ ਕਹਿੰਦੇ ਨੇ ਕਿ ਸਾਨੂੰ ਤਾਂ ਹੀ ਕਮਾਈ ਆ ਜੇ ਜਟਾਂ ਦੀ ਵਧੀਆ ਫਸਲ ਹੁੰਦੀ ਆ ਹਾਂ ਤੇ ਗੱਲ ਸਾਰੀ ਉੱਥੇ ਆ ਗਈ ਵਧੀਆ ਫਸਲ ਹੋਣ ਤੇ ਜੇ ਪੈਸੇ ਮਿਲਦੇ ਨੇ ਤਾਂ ਹੀ ਸਿੰਗਰ ਬੁਲਾਏ ਜਾਂਦੇ ਨੇ ਤੇ ਜੇ ਲਿਮਟਾਂ ਤੇ ਸਿੰਗਲ ਅਪਲਾਈ ਜਾਂਦੇ ਨੇ ਫਿਰ ਸਰਕਾਰ ਕਿਉਂ ਮਾਫ ਕਰੇ ਗੱਲ ਤਾਂ ਇੱਥੇ ਆ ਗਈ ਨਾ ਇਹਨਾਂ ਨੂੰ ਇਹ ਵੈਰੀਫਾਈ ਕਰਨਾ ਚਾਹੀਦਾ ਵਾ ਇਹ ਫੀਲਡ ਦੇ ਵਿੱਚ ਉਹਨਾਂ ਨੂੰ ਬੰਦੇ ਰੱਖਣੇ ਚਾਹੀਦੇ ਇਹ ਵੈਰੀਫਾਈ ਕਰਕੇ ਸਰਕਾਰ ਦੀ ਹੋਈ ਕਿੰਨੇ ਕਿਤੇ ਨਾਕਾਮੀ ਆ ਕਿਉਂਕਿ ਸਰਕਾਰ ਨੂੰ ਇੱਕ ਸਿਸਟਮ ਰੱਖਣਾ ਚਾਹੀਦਾ ਕਿ ਜੇ ਤੂੰ ਲੈ ਰਹਿਆ ਕਾਦੇ ਲਈ ਲੈ ਰਹਿਆ ਪ੍ਰੋਪਰ ਇੱਕ ਸਿਸਟਮ ਹੋਣਾ ਚਾਹੀਦਾ ਹੁੰਦੇ ਨਾ ਵੇਰਵਾ ਹੋਣਾ ਚਾਹੀਦਾ ਵਾ ਅੱਜਕੱਲ ਤੇ ਨਾ ਜੀ ਵੇਖੋ ਉਹ ਕਹਿੰਦੇ ਵੀ ਜੇ ਲੋਨ ਆਵੇ ਆਉਂਦੇ ਨੇ ਨਾ ਪਸ਼ੂ ਪਾਲਣ ਦੇ ਵੀ ਲੋਨ ਆਉਂਦੇ ਨੇ ਜੋਂਦੇ ਚ ਵੀ ਉਹ ਕਹਿੰਦੇ ਯਾਰ ਤੇਰਾ ਲੱਖ ਦਾ ਲੋਨ ਪਾਸ ਕਰਾ ਦਿੰਨੇ ਆ ਤੇ 20000 ਸਾਨੂੰ ਦੇ ਦੇ ਮੈਨੇਜਰ ਕਹਿੰਦਾ 10000 ਸਾਨੂੰ ਦੇ ਆ 8000 ਦੂ ਰੱਖ ਲੈ ਤੂੰ 8000 ਤੂੰ ਰੱਖ ਲਈ ਤੇ ਗੱਲ ਖਤਮ ਤੇ ਉਹਨੂੰ ਪਤਾ ਯਾਰ ਉਹਨੇ ਮੈਨੇਜਰ ਨੇ ਮੇਰੇ ਪੈਸੇ ਖਾਦੇ ਨੇ ਤੇ ਉਹ ਕਹਾਨੂੰ ਲਿਮਟ ਉਹਦਾ ਤਰਦੀ ਨਹੀਂ ਜੋ ਉਹਦਾ ਸਿਆਪਾ ਪੈ ਜਾਂਦਾ ਤੇ ਹੁਣ ਤੁਸੀਂ ਵੇਖੋ ਸੋ ਵੀਰੇ ਵਧੀਆ ਲੱਗਿਆ ਨਾ ਗੱਲਾਂ ਕਰਕੇ ਤੇ ਆਪਾਂ ਵਾਈਂਡ ਅਪ ਕਰਦੇ ਆ ਇੱਥੇ ਸੋ ਲਾਸਟ ਤੁਸੀਂ ਕੁਝ ਕਹਿਣਾ ਚਾਹੋਗੇ ਆਡੀਅנס ਨੂੰ ਮੇਰੇ ਦੇ ਆਡੀਅנס ਨੂੰ ਇਹ ਹੀ ਕਹਿਣਾ ਚਾਹੁੰਨਾ ਵਾ ਕਿ ਵਿਚਾਰਧਾਰਾਵਾਂ ਸਾਰੀਆਂ ਵੱਖਰੀਆਂ ਨੇ ਹਰ ਬੰਦੇ ਕੋਲੇ ਆਪ ਦਾ ਆਪ ਦਾ ਦਿਮਾਗ ਹੈ ਤੇ ਆਪ ਤੇ ਆਪਣੀ ਨਿਪੁੰਨਤਾ ਵਾ ਤੇ ਤੁਸੀਂ ਜੇ ਕਹੋ ਵੀ ਅਸੀਂ ਤੁਹਾਡੇ ਪੱਖ ਦੀ ਗੱਲ ਕਰੀਏ ਤੇ ਹੋ ਨਹੀਂ ਸਕਦਾ ਉਹ ਤੇ ਫਿਰ ਆਏ ਆ ਨਾ ਵੀ ਇਹੀਂ ਆਪਦੀ ਜ਼ਮੀਨ ਮਾਰ ਕੇ ਕਿਸੇ ਦੀ ਹਾਂ ਦੇ ਵਿੱਚ ਹਮਲਾ ਦিয়ে ਤੇ ਉੱਥੇ ਸਵਾਦ ਵਾਲੀ ਗੱਲ ਨਹੀਂ ਫਿਰ ਕਹਿੰਦੇ ਵੀ ਆਪਣੇ ਤੇ ਧਰਮ ਚ ਵੀ ਜਮੀਰ ਜਗਾ ਕੇ ਰੱਖਣ ਦੇ ਸੰਤ ਭਿੰਡਰਾਲੇ ਨੇ ਕਿਹਾ ਇਹ ਵੀ ਜੇ ਤੇ ਜਮੀਰ ਹੀ ਮਰ ਗਈ ਫਿਰ ਉਹ ਤਾਂ ਬੰਦਾ ਹੀ ਮਰ ਗਿਆ ਨਾ ਮਰਦਾ ਵਾ ਬੰਦਾ ਆਮ ਤੇ ਮਰਦਾ ਹੀ ਮਰਦਾ ਮੌਤ ਅੱਜ ਆਉਣੀ ਕੱਲ ਆਉਣੀ ਆ ਪਰ ਮਸਲਾ ਸਭ ਤੋਂ ਵੱਡਾ ਇਸ ਦਾ ਵਾ ਕਿ ਲੋਕਾਂ ਨੇ ਇਹਦੇ ਚ ਵੀ ਕਹਿਣਾ ਵੀ ਯਾਰ ਤੁਸੀਂ ਇੱਥੇ ਗਲਤ ਹੋ ਤੁਸੀਂ ਉੱਥੇ ਗਲਤ ਹੋ ਬਿਲਕੁਲ ਬਿਲਕੁਲ ਤੇ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਵਾ ਬਾਈ ਤੁਸੀਂ ਆਪਦੇ ਵਿਚਾਰ ਸਾਂਝੇ ਕਰੋ ਕਮੈਂਟਾਂ ਦੇ ਵਿੱਚ ਤੇ ਅਸੀਂ ਉਸ ਵਿਚਾਰ ਤੇ ਇੱਕ ਆਪਦੀ ਮਾਈਂਡਸੈਟ ਕਰਾਂਗੇ ਅਸੀਂ ਵੀ ਅਖਾਂਗੇ ਵੀ ਤੁਸੀਂ ਕਿੱਥੇ ਸਹੀ ਹੋ ਜਾ ਕਿੱਥੇ ਗਲਤ ਹੋ ਜੇ ਸਾਨੂੰ ਲੱਗਾ ਵੀ ਹਾਂ ਵੀ ਸਾਨੂੰ ਉਸ ਚੀਜ਼ ਤੇ ਗੱਲ ਕਰਨੀ ਚਾਹੀਦੀ ਆ ਬਸ ਅਸੀਂ ਅਹੀਂ ਅੱਗੇ ਵਧ ਕੇ ਉਹ ਚੀਜ਼ ਨੂੰ ਅਪਰੀਸ਼ੀਏਟ ਵੀ ਕਰਾਂਗੇ ਤੇ ਗੱਲ ਜਿਹਨੀ ਹੋ ਸਕੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਇੰਨੀ ਗੱਲ ਕਰਤਾ ਆ ਮਾਖਮਾ ਦਾ ਇਜਾਜ਼ਤ ਹੈ ਤੁਹਾਡਾ ਆਪਣਾ ਘੈਰੀ ਲਖੂ ਗਈ ਸੋ ਪੁਆਇੰਟ ਇਹੀ ਐਂਡ ਤੇ ਬਾਈ ਕਿ ਸੋਚ ਤਾਂ ਅਲੱਗ-ਅਲੱਗ ਹੋਈ ਸਕਦੀ ਹੈ ਨਾ ਆਪਣੀ ਪੁਆਇੰਟ ਇਹ ਹੈ ਕਮੈਂਟਾਂ ਦੇ ਵਿੱਚ ਤੁਸੀਂ ਇਹ ਨਹੀਂ ਕਹਿਣਾ ਕਿ ਤੁਸੀਂ ਗਲਤ ਹੋ ਤੁਸੀਂ ਇਹ ਕਹਿਣਾ ਕਿ ਤੁਸੀਂ ਫਲਾਣੀ ਗੱਲ ਕਹੀ ਆ ਫਲਾਣੀ ਗੱਲ ਦਾ ਆ ਮਤਲਬ ਹੋਣਾ ਚਾਹੀਦਾ ਤੁਸੀਂ ਆ ਕੱਢਿਆ ਇਹ ਨਹੀਂ ਕਹਿਣਾ ਕਿ ਆ ਤੁਸੀਂ ਆ ਗੱਲ ਗਲਤ ਕਹੀ ਆ ਇਹ ਗੱਲ ਤੇ ਦੱਸਾ ਕੀ ਹੁੰਦਾ ਇਹ ਭੀੜ ਚਾ ਅਲੱਗ ਅਲੀ ਕਿ ਤੂੰ ਮਾੜਾ ਕਿਹਾ ਕਿਉਂ ਇਹ ਨਹੀਂ ਦੇਖਣਾ ਕਿ ਅਗਲਾ ਮਾੜਾ ਹੈਗਾ ਕਿ ਨਹੀਂ ਹੈਗਾ ਇਹ ਗੱਲ ਤੇ ਕੋਈ ਨਹੀਂ ਆਉਂਦਾ ਗੱਲ ਇਹੀ ਰਹਿ ਜਾਂਦੀ ਹੈ ਕਿ ਮਾੜਾ ਕਿਹਾ ਤੇ ਕਿਹਾ ਕਿਉਂ ਸੋ ਉਮੀਦ ਕਰਦਾ ਤੁਹਾਨੂੰ ਸਾਡੀ ਇਹ ਅੱਜ ਦਾ ਵਿਚਾਰ ਜਿਹੜਾ ਸੀ ਪੇਸ਼ ਕੀਤਾ ਤੁਹਾਡੇ ਅੱਗੇ ਤੁਹਾਨੂੰ ਪਸੰਦ ਆਇਆ ਹੋਊਗਾ ਜਲਦੀ ਮਿਲਦੇ ਆ ਇੱਕ ਨਵੇਂ ਪੋਡਕਾਸਟ ਦੇ ਨਾਲ ਥੈਂਕ ਯੂ